السميع العليم من الشيطان الرجيم. تلك الدار الآخرة نجعلها للذين لا يريدون علوا في الأرض ولا فسادا والعاقبة للمتقين. حمد و ثنا کبریائی بڑائی یغتائی تنہائی بادشاہی شہنشاہی اور ہما قسم دی وڈیائی اور بڑائی اللہ تبارک و تعالی دی ذات وبرکات واسطے جو اس کائنات دا خالق مالک اور قابض ہے، فعال لما یرید ہے اور علی کل شیء قدیر ہے. درود و سلام امام الاولین والآخرین، امام الانبیاء والمرسلین، امام المجاہدین والمتقین، امام الحرمین والقبلتین، امام الثقلین، امام الشیخین، حبیب رب العالمین. کل کائنات سردار، میرے اور تواڈے دلاں دی رونق اور بہار شہد نالوں زیادہ میٹھے اور گلاب دے پھل نالوں زیادہ خوشبودار پیغمبر جناب محمد الرسول اللہ صلوات اللہ علیہ وسلامہ صلی اللہ علیہ وآلہ وسلم، رحمت اور بخشش دی دعا آل رسول، اہل بیت، صحاب رسول، تابعین، تبع تابعین، سلف صالحین، ائمہ دین، محدثین، فقہاء دین، بزرگان دین رحمہم اللہ تبارک و تعالی اجمعین. احباب ذی وقار، اللہ تبارک و تعالی دی رضا دی خاطر جمعے والے دن خطبے اندر اول وقت مسجد بیٹھنا اور اپنی توجہ عالم اور خطیب دی طرف رکھنا، یہ بہت بڑی اللہ پاک دے قرب دی دلیل ہے، گناہاں دی بخشش ہے، رحمت ہے، سعادت ہے، کامیابی ہے. بڑے چنیدہ لوگ نے، توجہ میرے بھائی، بڑے چنیدہ لوگ نے جڑے بار وقت آتے ہیں اور پورے ادب و احترام دے نال اپنی اصلاح واسطے آتے ہیں. ماشاء اللہ اسی غسل بھی کرنے ہاں، وضو بھی کرنے ہاں، سونے کپڑے بھی پہننے ہاں اور خوشبو بھی لگانے ہاں، لیکن یہ نال نال ایک چھوٹی جی موضوع شروع کرن تو پہلے تواڈی توجہ دلانی ہے، چونکہ بڑی تسی کثرت اور محبت دے نال تشریف لے آئے ہو، پھر میرا بھی دل کردا ہے کہ تواڈے نال معرفت دیاں باتاں اور قیمتی باتاں ایسیاں کیتیاں جان کہ جڑیاں جنت تک انشاءاللہ کام آن. تو اس دے اندر کوئی شک نہیں کہ اسی سونے کپڑے بھی پائے، غسل بھی کیتا، او لبس من احسن صیابہ و طیبہ، اچھے کپڑے بھی پا لے، خوشبو بھی لگا لی، لیکن یہ نال نال سانوں نا ہر جمعے والے دن خطبے چ حاضر ہون تو پہلے پہلے نا اپنے دل نو بھی غسل طہارت دینا چاہیے. دل چ میل نہ ہوئے، سینے چ تنگی نہ ہوئے،
ਉਹ ਇਖਲਾਸ ਤਾਂ ਉਹ ਚੀਜ਼ਾਂ ਨਾ ਹੋਣ। ਵੇਖੋ ਨਾ, ਉੱਤੋਂ ਬੰਦਾ ਬਣ ਫੱਬ ਕੇ ਆਏ ਅਤੇ ਵਿੱਚੋਂ ਭਰਾ ਦਾ ਹੀ ਵੈਰ ਹੋਵੇ, ਅਤੇ ਵਿੱਚ ਸਕੀਆਂ ਭੈਣਾਂ ਦਾ ਹੀ ਵੈਰ ਹੋਵੇ, ਮਾਂ ਬਾਪ ਦਾ ਹੀ ਵੈਰ ਹੋਵੇ, ਇਹ ਮੈਨੂੰ ਤਾਂ ਨਹੀਂ ਗੱਲ ਸਮਝ ਆਉਂਦੀ। ਜੇ ਤੁਹਾਨੂੰ ਆਉਂਦੀ ਹੈ ਤਾਂ ਸਮਝਦੇ ਰਿਹਾ ਜੇ, ਔਰ ਯਕੀਨ ਮੰਨੋ ਤੁਸੀਂ ਸੈਂਕੜਿਆਂ ਦੀ ਤਾਦਾਦ ਅੰਦਰ ਇੰਨੀ ਮੁਹੱਬਤ ਨਾ ਆਇਓ, ਇੰਨੀ ਗੱਲ ਕਰਕੇ ਆਪਾਂ ਅੱਜ ਨਮਾਜ਼ ਪੜ੍ਹ ਛੱਡੀਏ ਨਾ, ਇਨਸ਼ਾਅੱਲਾ ਮੈਂ ਤੁਹਾਡੇ ਇੱਥੇ ਖੁਤਬਾ ਪੜ੍ਹਾਉਣ ਦਾ ਹੱਕ ਅਦਾ ਕਰ ਦਿੱਤਾ ਹੈ। ਮੈਂ ਟੱਬਰਾਂ ਦੇ ਟੱਬਰ, ਖਾਨਦਾਨਾਂ ਦੇ ਖਾਨਦਾਨ, ਅਤੇ 20-20 ਸਾਲ ਤੋਂ ਲੋਕਾਂ ਨੂੰ ਵੇਖ ਰਿਹਾ, ਜੁਮੇ ਵਾਲੇ ਦਿਨ ਗੁਸਲ ਕਰਦੇ ਨੇ, ਕੱਪੜੇ ਪਾਉਂਦੇ ਨੇ, ਖੁਸ਼ਬੂ ਲਾਉਂਦੇ ਨੇ, ਲੇਕਿਨ ਅੰਦਰ ਝਾੜ ਮਾਂਜ ਨਹੀਂ ਕਰਦੇ, ਅੰਦਰ ਕੋਈ ਮਾਂਜਾ ਨਹੀਂ ਮਾਰਦੇ। ਇਹ ਅਸਲ ਗੁਸਲ ਹੈ, ਫਿਰ ਈਮਾਨ ਦੀ ਮਿਠਾਸ ਹੈ, ਫਿਰ ਜੁਮੇ ਦੀ ਮਿਠਾਸ ਹੈ, ਫਿਰ ਨਮਾਜ਼ ਦੀ ਮਿਠਾਸ ਹੈ। ਲਓ ਜੀ ਦੁਆ ਮੈਂ ਕਰਨਾ, ਸਾਰੇ ਬੋਲਿਓ, ਮੁਹੱਬਤ ਨਾਲ ਬੋਲਿਓ, ਅਤੇ ਜ਼ਰਾ ਧੀਮੀ ਆਵਾਜ਼ ਨਾਲ ਬੋਲਿਓ, ਜੋ ਕਿ ਅੱਲਾਹ ਦਾ ਘਰ ਹੈ। ਅਤੇ ਅੱਲਾਹ ਦੇ ਘਰ 'ਚ ਨਾ ਇਹ ਜਿਹੜੀ ਇੱਕ ਰੂਟੀਨ ਬਣ ਗਈ ਹੈ ਨਾ, ਖੱਬਾ ਚੁੱਕ ਲਓ ਅਤੇ ਸੱਜਾ ਚੁੱਕ ਲਓ ਅਤੇ ਚੀਖ ਚੀਖ ਕੇ ਸੁਭਾਨ ਅੱਲਾਹ ਕਹੋ, ਇਹ ਕੰਮ ਨਾ ਅੱਲਾਹ ਦੇ ਘਰ 'ਚ ਕਰਿਆ ਕਰੋ। ਖਤੀਬ, ਨਾਤ ਖਾਂ, ਜਿੰਨਾ ਵੀ ਢਿੱਲ ਮਾਰੇ ਨਾ, ਆਰਾਮ ਨਾਲ ਯਾਰ ਅੱਲਾਹ ਦਾ ਜ਼ਿਕਰ ਹੈ, ਚੀਖਣ ਚਿੱਲਾਉਣ ਦੀ ਕੀ ਲੋੜ ਹੈ। ਇਹ ਕੁਛ ਬਾਤਾਂ ਮੈਂ ਕਰਨਾ ਜਿਹੜੀਆਂ ਬਾਸ ਤਬਾਏ 'ਤੇ ਬੜੀਆਂ ਨਾਗਵਾਰ ਗੁਜ਼ਰਦੀਆਂ ਨੇ, ਲੇਕਿਨ ਕੋਈ ਨਹੀਂ, ਹੱਕ ਬਿਆਨ ਕਰਨ ਦੀ ਕੀਮਤ ਅਸੀਂ ਚੁਕਾ ਰਹੇ ਹਾਂ, ਇਨਸ਼ਾਅੱਲਾ ਚੁਕਾਉਂਦਿਆਂ ਰਹਿਣਾ। ਤੋ ਮਸਜਿਦ ਅੰਦਰ ਬੜੇ ਵਕਾਰ ਨਾਲ, ਬੜੀ ਮੁਹੱਬਤ ਨਾਲ, ਔਰ ਬੜੇ ਧੀਮੇ ਅੰਦਾਜ਼ ਦੇ ਨਾਲ ਸੁਭਾਨ ਅੱਲਾਹ ਕਿਹਾ ਕਰੋ, ਆਮੀਨ ਕਿਹਾ ਕਰੋ, ਹਾਨਾ ਦਾ ਜਵਾਬ ਦਿਆ ਕਰੋ। ਔਰ ਜੀ ਮੈਂ ਦੁਆ ਕਰਨਾ, ਫਿਰ ਗੱਲ ਸ਼ੁਰੂ ਕਰੀਏ। ਅੱਲਾਹ ਪਾਕ ਸਾਡਾ ਅੱਜ ਦਾ ਆਪਣੀ ਬਾਰਗਾਹ 'ਚ ਹਾਜ਼ਰ ਹੋਣਾ ਅੱਲਾਹ ਕਬੂਲ ਫਰਮਾ ਕੇ ਸਾਡੇ ਵਾਸਤੇ ਅੱਲਾਹ ਬਖਸ਼ਿਸ਼ ਦਾ ਜ਼ਰੀਆ ਬਣਾ ਦੇ। ਅੱਲਾਹ ਇਸੇ ਤਰ੍ਹਾਂ ਮਸਜਿਦ ਨਬੀ ਦੇ ਜੁਮੇ ਨਸੀਬ ਫਰਮਾ ਦੇ, ਅੱਲਾਹ ਤਾਲਾ ਇਸੇ ਤਰ੍ਹਾਂ ਕਾਬਾਤੁੱਲਾ ਦੇ ਜੁਮੇ ਨਸੀਬ ਫਰਮਾ ਦੇ। ਮੈਂ ਦੇਖੋ ਹੋਰ ਵੀ ਦੁਆ ਅੱਜ ਕੱਲ੍ਹ ਕਰ ਰਿਹਾ, ਦਿਲੋਂ ਆਮੀਨ ਕਹਿ ਛੱਡਿਓ, ਨਾਮੁਮਕਿਨ ਕੋਈ ਨਹੀਂ। ਅੱਲਾਹ ਮਸਜਿਦ ਅਕਸਾ ਦੇ ਜੁਮੇ ਨਸੀਬ ਫਰਮਾ ਦੇ, ਇਹਨਾਂ 'ਚੋਂ ਜਿਹੜੇ ਬਿਮਾਰ ਨੇ ਸ਼ਿਫਾ ਦੇ ਦੇ। ਅੱਲਾਹ ਜਿਹਨਾਂ ਘਰਾਂ 'ਚ ਪਰੇਸ਼ਾਨੀਆਂ ਨੇ, ਲੜਾਈਆਂ ਨੇ, ਉਦਾਸੀਆਂ ਨੇ, ਵਿਰਾਨੀਆਂ ਨੇ, ਅੱਲਾਹ ਉਹਨਾਂ ਘਰਾਂ ਨੂੰ ਖੁਸ਼ੀਆਂ ਨਾਲ ਮਾਲਾ ਮਾਲ ਕਰ, ਔਰ ਇਹਨਾਂ ਦੇ ਜਿੰਨੇ ਪਿਆਰੇ ਟੁਰ ਗਏ ਨੇ ਅੱਲਾਹ ਜੰਨਤ ਆਲਾ ਮੁਕਾਮ ਨਸੀਬ ਕਰ ਦੇ। ਅਤੇ ਯਾ ਅੱਲਾਹ, ਕੰਮ ਤਾਂ ਬੜਾ ਔਖਾ ਹੈ, ਘੁੱਟ ਤਾਂ ਬੜਾ ਕੌੜਾ ਹੈ, ਪਰ ਯਾ ਇਲਾਹ ਅਲਾਮੀਨ ਤੇਰੀ ਬਾਰਗਾਹ 'ਚ ਪੇਸ਼ੀ ਹੈ, ਤੇਰੀ ਖਲਕ, ਤੇਰੀ ਮਖਲੂਕ, ਕਈ ਰਿਸ਼ਤੇਦਾਰ ਕੱਬਿਓ ਸਜਿਓ ਵਾਦੀ ਘਾਟੀ 'ਤੇ ਬੜੀ ਕਰਦੇ ਨੇ, ਨਾਕਾਬਲੇ ਬਰਦਾਸ਼ਤ ਯਾ ਅੱਲਾਹ, ਕੋਈ ਇਹਦੇ 'ਚ ਦੂਸਰੀ ਰਾਏ ਨਹੀਂ, ਪਰ ਅੱਲਾਹ ਸਾਨੂੰ ਆਪਣੀ ਰਜ਼ਾ ਦੀ ਖਾਤਰ ਖੁਤਬਾ ਜੁਮਾਤੁਲ ਮੁਬਾਰਕਾ ਤੋਂ ਆਉਣ ਤੋਂ ਪਹਿਲੇ ਪਹਿਲੇ, ਜਾਂ ਖੁਤਬੇ 'ਚ ਬੈਠ ਕੇ, ਜਾਂ ਮਸਜਿਦ 'ਚੋਂ ਬਾਹਰ ਨਿਕਲਣ ਤੋਂ ਪਹਿਲੇ ਪਹਿਲੇ ਅੱਲਾਹ ਸਾਨੂੰ ਆਪਣਾ ਪਾਕ ਸੀਨਾ ਅਤੇ ਪਾਕ ਦਿਲ ਆਪਣੇ ਘਰਾਂ 'ਚ ਲਿਜਾਣ ਦੀ ਤੌਫੀਕ ਅਤਾ ਫਰਮਾ, ਔਰ ਇਸੇ ਤਰ੍ਹਾਂ ਸਾਨੂੰ ਬਗੈਰ ਹਿਸਾਬ ਦੀ ਆਪਣੀ ਜੰਨਤ ਦਾ ਦਾਖਲਾ ਨਸੀਬ ਫਰਮਾ। ਹਜ਼ਰਾਤ ਜੀ, ਵਕਾਰ ਦੁਨੀਆ ਅਜ਼ਮੈਸ਼ਗਾਹ ਹੈ, ਤਵੱਜੋ ਮਿਹਰਬਾਨ ਰੱਖਣਾ, ਗੱਲ ਸ਼ੁਰੂ ਹੋ ਗਈ ਹੈ। ਦੁਨੀਆ ਅਜ਼ਮੈਸ਼ਗਾਹ ਹੈ, ਦਾਰੁਲ ਇਬਤਲਾ ਹੈ, ਆਜ਼ਮਾਇਸ਼ ਖਾਨਾ ਹੈ। ਅੱਲਾਜ਼ੀ ਖਲਕਅ ਅਲ-ਮੌਤਾ ਵਲ-ਹਯਾਤਾ ਲਿਯਬਲੂਵਕੁਮ ਅਯੂਕੁਮ ਅਹਸਨੁ ਅਮਲਾ। ਅੱਲਾਹ ਪਰਖ ਰਹੇ ਨੇ, ਅੱਲਾਹ ਦੇਖ ਰਹੇ ਨੇ ਕਿ ਮੈਨੂੰ ਬਿਨ ਵੇਖਿਆ ਅੱਛੇ ਅਮਲ ਕੌਣ ਕਰਦਾ, ਬਿਨ ਵੇਖਿਆ ਮੇਰਾ ਹਯਾ ਕੌਣ ਕਰਦਾ। ਬਸ ਯਾਰ ਅੱਲਾਹ ਦਾ ਹਯਾ ਕਰੀਏ, ਅਤੇ ਇਹ ਚੈਕਿੰਗ ਸੈਂਟਰ ਹੈ, ਇੰਝ ਸਮਝੋ ਚੈਕਿੰਗ ਸੈਂਟਰ 'ਚ ਬੈਠੇ ਹੋ, ਨਿਗਰਾਨੀ ਹੋ ਰਹੀ ਹੈ ਫਰਿਸ਼ਤਿਆਂ ਦੇ ਜ਼ਰੀਏ, ਔਰ ਤੁਹਾਡੇ ਅੱਲਾਹ ਨੂੰ ਨੀਂਦ ਵੀ ਨਹੀਂ ਆਉਂਦੀ, ਅਤੇ ਉੱਚੀ ਬੋਲੋ ਊਂਗ ਵੀ। ਬਸ ਅਜ਼ਮਾਇਸ਼ ਦਾ ਅੰਦਾਜ਼ ਅਲੱਗ ਅਲੱਗ ਹੈ, ਕਈਆਂ ਨੂੰ ਅੱਲਾਹ ਤਾਲਾ ਦੇ ਕੇ ਅਜ਼ਮਾਉਂਦਾ,
ਤੇ ਕਈਆਂ ਕੋਲੋਂ ਅੱਲਾ ਬਿਲਕੁਲ ਫਰੈਸ਼ ਹੋ ਕੇ ਬੈਠੋ, ਜਿਵੇਂ ਤਰਜਮਾ ਕਲਾਸ 'ਚ ਬੈਠੇ ਹੋ, ਜਿਵੇਂ ਜਾਮੀਆ ਸਲਫੀਆ ਬੈਠੇ ਹੋ, ਕਲਾਸ ਹੋ ਰਹੀ ਹੈ ਕੁਰਾਨ ਦੀ, ਹਦੀਸ ਦੀ, ਕੁਲੀਆ ਦਾਰੁਲ ਕੁਰਾਨ ਬੈਠੇ ਹੋ, ਹਾਲਾਂ ਅੰਦਰ ਜਵਾਬ ਦਿਓ ਤਾਂ ਕਿ ਮੈਨੂੰ ਬਾਤ ਸਮਝ ਆਏ ਕਿ ਤੁਹਾਡੇ ਦਿਲਾਂ 'ਚ ਗੱਲ ਉਤਰ ਰਹੀ ਹੈ। ਬਸ ਇੰਨਾ ਕੁ ਫਰਕ ਆ, ਕਈਆਂ ਨੂੰ ਅੱਲਾ ਦੇ ਕੇ ਅਜ਼ਮਾਉਂਦਾ, ਕਈਆਂ ਕੋਲ ਅੱਲਾ ਲੈ ਕੇ ਅਜ਼ਮਾਉਂਦਾ। ਜਿਹਨੂੰ ਅੱਲਾ ਦੇ ਕੇ ਅਜ਼ਮਾ ਰਿਹਾ ਨਾ, ਮੇਰਾ ਵੇਖਿਓ, ਉਹ ਐਡੀ ਛਾਤੀ ਨਾ ਚੌੜੀ ਕਰੇ ਕਿ ਕੋਠੀ ਬੜੀ ਅੱਛੀ ਹੈ, ਗੱਡੀ ਬੜੀ ਮਹਿੰਗੀ ਹੈ, ਦੁਕਾਨ ਬੜੀ ਟਿਕਾਣੇ 'ਤੇ ਵੇ। ਉਹ ਪੁੱਤਰ ਤੇਰੀ ਬਹੁਤੀ ਅਜ਼ਮਾਇਸ਼ ਹੋ ਰਹੀ ਹੋ, ਤੇਰਾ ਬਹੁਤਾ ਡਰ ਹੀ ਮੈਨੂੰ ਨਹੀਂ ਤੇਰੇ ਰੱਬ ਨੂੰ, ਔਰ ਤੇਰਾ ਬਹੁਤਾ ਡਰ ਹੀ ਉਹ ਤੇਰੇ ਨਬੀ ਪਾਕ ਨੂੰ, ਕਿਤੋਂ ਪਟਰੀਓ ਨਾ ਲੈ ਜਾਏ, ਕਿਤੇ ਤੇਰਾ ਦਿਮਾਗ ਨਾ ਫਿਰ ਜਾਏ, ਤੂੰ ਕੱਛਾ ਮਾਰਦਾ ਫਿਰਨਾ ਕਿ ਮੇਰੇ ਕੋਲ ਬੜਾ ਪੈਸਾ ਅਤੇ ਮੇਰੀ ਥਾਣੇ ਸਲਾਮ ਦੁਆ ਅਤੇ ਮੇਰੇ ਹਾਲਾਤ ਬੜੇ ਸੌਖੇ ਨੇ। ਔਰ ਮੇਰੇ ਪਿਆਰੇ ਭਾਈ, ਜਿਹਨੂੰ ਅੱਲਾ ਬਹੁਤਾ ਦੇ ਕੇ ਅਜ਼ਮਾਏ, ਉਹਦੇ ਵਾਸਤੇ ਜ਼ਿਆਦਾ ਖਤਰੇ ਵਾਲੀ ਗੱਲ ਹੈ ਕਿ ਫੂਕ ਫੂਕ ਕੇ ਆਪਣੇ ਪੈਰ ਰੱਖੇ। ਜਿਹਨੂੰ ਅੱਲਾ ਨੇ ਜ਼ਿਆਦਾ ਦੇ ਦਿੱਤਾ, ਬੈਂਕ ਬੈਲੈਂਸ ਜ਼ਿਆਦਾ, ਕਰੋੜਾਂ 'ਚ, ਕੋਠੀਆਂ 'ਚ, ਮਤ ਸਮਝੇ ਕਿ ਮੈਂ ਅੱਲਾ ਦੇ ਬਹੁਤ ਬੜਾ, ਬਹੁਤ ਜ਼ਿਆਦਾ ਕਰੀਬ ਹਾਂ, ਇਹ ਵੀ ਅਜ਼ਮਾਇਸ਼ ਹੈ। ਬੇਟਾ ਬੈਠ ਜਾ, ਇੱਥੇ ਬੈਠ ਜਾ। ਜਿਹਨੂੰ ਅੱਲਾ ਪਾਕ ਨੇ ਜ਼ਿਆਦਾ ਦਿੱਤਾ, ਉਹ ਜ਼ਿਆਦਾ ਫੂਕ ਫੂਕ ਕੇ ਕਦਮ ਰੱਖੇ, ਬੋਲਣ ਲੱਗਾ, ਕੋਈ ਰਵੱਈਆ ਪੇਸ਼ ਕਰਨ ਲੱਗਾ, ਕੋਈ ਮਾਮਲਾ ਕਰਨ ਲੱਗਾ। ਇੱਥੋਂ ਸ਼ੈਤਾਨ ਨੇ ਬੜਾ ਵੱਡਾ ਠਾ ਕਰਕੇ ਵਾਰ ਮਾਰ ਛੱਡਿਆ ਜੇ ਲੋਕਾਂ ਦੇ ਦਿਲੋਂ ਦਿਮਾਗ 'ਚ, ਉਹਨੇ ਦਿਮਾਗ 'ਚ ਗੱਲ ਪਾ ਦਿੱਤੀ ਹੈ, ਤੂੰ ਤਾਂ ਬੜਾ ਪਹੁੰਚਿਆ, ਇੰਨਾ ਕੁਛ ਤੈਨੂੰ ਅੱਲਾ ਨੇ ਦਿੱਤਾ, ਤੂੰ ਤਾਂ ਰੱਬ ਦੇ ਬੜਾ ਕਰੀਬ ਆ, ਇਹ ਅਜ਼ਮਾਇਸ਼ ਹੈ। ਅਤੇ ਜਿਹੜਾ ਕਿਰਾਏ ਦੇ ਮਕਾਨ 'ਤੇ ਵੇ, ਜਿਹੜਾ ਮਹੀਨੇ ਦਾ 16,000 ਲੈ ਰਿਹਾ, 18,000 ਲੈ ਰਿਹਾ, 10,000 ਲੈ ਰਿਹਾ, ਉਹਨੂੰ ਮਾਯੂਸ ਹੋਣ ਦੀ ਲੋੜ ਨਹੀਂ, ਉਹਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਕਿ ਰੱਬ ਨੇ ਕੋਈ ਮੇਰਾ ਹੱਕ ਰੱਖ ਲਿਆ। ਬਸ ਇਹ ਪੁਆਇੰਟ ਅੱਛੀ ਤਰ੍ਹਾਂ ਸਮਝ ਲਓ, ਇਹ ਦਾਰੁਲ ਇਬਤਲਾ ਹੈ, ਦਾਰੁਲ ਫਿਤਨ ਹੈ, ਦਾਰੁਲ ਮਿਹਨ ਹੈ, ਅਜ਼ਮਾਇਸ਼ ਖਾਨਾ ਹੈ, ਚੈਕਿੰਗ ਜਾਰੀ ਹੈ, ਨਿਗਰਾਨੀ ਹੋ ਰਹੀ ਹੈ, ਅੰਦਾਜ਼ ਅਲੱਗ ਅਲੱਗ ਹੈ, ਕਈਆਂ ਨੂੰ ਦੇ ਕੇ ਅਜ਼ਮਾ ਰਿਹਾ ਅਤੇ ਕਈਆਂ ਨੂੰ ਅੱਲਾ ਦੇ ਕੇ ਲੈ ਕੇ ਅਜ਼ਮਾ ਰਿਹਾ ਅਤੇ ਕਈਆਂ ਨੂੰ ਅੱਲਾ ਸਾਰੀ ਜ਼ਿੰਦਗੀ ਸਿਰੇ ਤੋਂ ਦਿੰਦਾ ਹੀ ਨਹੀਂ। ਇੱਧਰ ਵੇਖ, ਇਹਦੀ ਅਜ਼ਮਾਇਸ਼ ਦੇ ਰੰਗ ਨੇ, ਫਿਸਲ ਨਾ ਜਾਈ ਹੋਏ, ਸ਼ੈਤਾਨ ਬੜਾ ਖੰਨਾਸ ਸੀ। ਤਾਂ ਮੇਰੇ ਪਿਆਰੇ ਭਾਈਓ, ਅੱਜ ਦੇ ਖੁਤਬੇ ਅੰਦਰ ਮੈਂ ਸਿਰਫ ਇੰਨੀ ਕੁ ਗੱਲ ਤੁਹਾਡੇ ਗੋਸ਼ ਗੁਜ਼ਾਰ ਕਰਨੀ ਹੈ ਕਿ ਮੇਰੇ ਪਿਆਰੇ ਭਾਈਓ, ਜਿਹਨੂੰ ਅੱਲਾ ਪਾਕ ਨੇ ਥੋੜ੍ਹਾ ਜਿਹਾ ਨਵਾਜ਼ ਛੱਡਿਆ ਨਾ, ਜਾਨ ਬਹੁਤੀ ਹੈ, ਜਵਾਨੀ ਬਹੁਤੀ ਹੈ, ਕੱਦ ਉੱਚਾ, ਰੰਗ ਸੋਹਣਾ ਹੈ, ਹੈ ਗੱਲਬਾਤ ਕਰਨੀ ਆਉਂਦੀ ਸੂ, ਆਵਾਜ਼ ਸੋਹਣੀ ਸੂ, ਅਤੇ ਯਾਰ ਉਹਨੂੰ ਹਰ ਵੇਲੇ ਨਾ ਅੱਲਾ ਪਾਕ ਦੇ ਸ਼ੁਕਰ ਦਾ ਹੀ ਇਤਰਾਫ਼ ਕਰਨਾ ਚਾਹੀਦਾ, ਰੱਬ ਦੇ ਫਜ਼ਲ 'ਚ ਹੀ ਡੁੱਬਿਆ ਰਹਿਣਾ ਚਾਹੀਦਾ, ਔਰ ਹਰ ਵੇਲੇ ਇਹ ਹੀ ਇਜ਼ਹਾਰ ਕਰਨਾ ਚਾਹੀਦਾ, ਅੱਜ ਜੋ ਕੁਝ ਮੇਰੇ ਕੋਲ ਹੈ ਇਹਦੇ 'ਚ ਮੇਰਾ ਕੋਈ ਕਮਾਲ ਨਹੀਂ, ਮੈਂ ਗੁਨਾਹਗਾਰ ਅਤੇ ਅੱਲਾ ਪਾਕ ਨੇ ਆਪਣੀਆਂ ਰਹਿਮਤਾਂ ਫਰਮਾ ਦਿੱਤੀਆਂ ਨੇ। ਉਹ ਗੁਨਾਹਗਾਰਾਂ, ਸ਼ਰਾਬੀਆਂ, ਜ਼ਾਨੀਆਂ, ਸੂਦਖੋਰਾਂ ਅਤੇ ਬੀਮਾ ਪਾਲਿਸੀ ਅਤੇ ਬਾਂਡਾਂ ਨੰਬਰਾਂ ਦੀ ਅਤੇ ਚੰਦਾ ਖਾਣ ਵਾਲਿਆਂ ਨੂੰ ਅਤੇ ਸ਼ੈਤਾਨ ਨੇ ਤਾਂ ਕਾਬੂ ਕਰ ਹੀ ਲਿਆ। ਉਹ ਭਾਓ, ਸ਼ੈਤਾਨ ਹੁਣ ਕਾਬੂ ਕਰਦਾ ਫਿਰਦਾ ਨੇਕਾਂ ਲੋਕਾਂ ਨੂੰ ਕਿ ਇਹਨਾਂ ਦੀ 20-20 ਸਾਲ ਦੀ ਮਿਹਨਤ ਕਿਵੇਂ ਜ਼ਾਇਆ ਕਰਨੀ ਹੈ, ਇਹਨਾਂ 'ਚ ਹੁਣ ਹਕਾਰਤ ਕਿਵੇਂ ਪੈਦਾ ਕਰਨੀ ਹੈ ਕਿ ਮਾੜੀਆਂ ਭੈਣਾਂ ਦੀ ਹਕਾਰਤ ਕਰੋ, ਭੜਾਵਾਂ ਦੀ ਹਕਾਰਤ ਕਰੋ, ਔਰ ਹਰ ਕਿਸੇ ਨੂੰ ਠੋਕ ਵਜਾ ਕੇ ਰੱਖੋ, ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਨੀ। ਉਹ ਤੂੰ, ਤੇਰੇ ਕੋਲ ਪੈਸਾ ਥੋੜ੍ਹਾ, ਤੂੰ ਨਮਾਜ਼ੀ ਹੈ, ਤੂੰ ਹਾਜੀ ਹੈ, ਤੂੰ ਦੀਨਦਾਰ ਹੈ। ਤੁਸੀਂ ਤਲਬੀਸੇ ਅਬਲੀਸ ਪੜ੍ਹ ਕੇ ਵੇਖੋ, ਅਲਾਮਾ ਇਬਨੇ ਜੋਜ਼ੀ ਦੀ, ਜਿਹਨੇ ਤਲਬੀਸੇ ਅਬਲੀਸ ਨਹੀਂ ਨਾ ਪੜ੍ਹੀ, ਬੜਾ ਮੈਨੂੰ ਮੁਸ਼ਕਲ ਲੱਗਦਾ ਕਿ ਉਹ ਸ਼ੈਤਾਨ ਦੇ ਵਾਰ ਤੋਂ ਬਚ ਜਾਏ।
ਤੋ ਮੇਰੇ ਪਿਆਰੇ ਭਾਈਓ, ਅਗਰ ਅੱਲਾ ਤਬਾਰਕ ਵਤਾਲਾ ਸਿਹਤ ਜ਼ਿਆਦਾ ਦੇ ਦੇ, ਮਾਲ ਜ਼ਿਆਦਾ ਦੇ ਦੇ, ਜਵਾਨੀ ਦੇ ਦੇ, ਜ਼ੋਰ ਦੇ ਦੇ, ਅਹੁਦਾ ਦੇ ਦੇ, ਤਾਂ ਸਾਨੂੰ ਉਸ ਕਦਰ ਜ਼ਿਆਦਾ ਅੱਲਾ ਦੇ ਸਾਹਮਣੇ ਲਿਖਣਾ ਚਾਹੀਦਾ, ਝੁਕਣਾ ਚਾਹੀਦਾ। ਯਾਰ ਮਜ਼ਾ ਤਾਂ ਪਤਾ, ਤਾਂ ਹੀ ਅੱਜ ਸੋਨੇ ਦੇ ਪਾਣੀ ਨਾਲ ਮੇਰਾ ਜੁਮਲਾ ਲਿਖੀ ਕਿ ਤੇਰੀ ਜਵਾਨੀ ਜੋਬਨ 'ਤੇ ਵੇ, ਔਰ ਤੇਰਾ ਮਾਲ ਸ਼ਾਨ ਮੁਕਾਮ ਅਰੂਜ 'ਤੇ ਵੇ, ਅਤੇ ਜਦੋਂ ਤੂੰ ਜ਼ਬਾਨ ਖੋਲ੍ਹਣਾ ਤਾਂ ਇੰਝ ਹੀ ਲੱਗਦਾ ਜਿਵੇਂ ਤੇਰੇ ਨਾਲੋਂ ਮਾੜਾ ਅੱਲਾ ਦੀ ਜ਼ਮੀਨ 'ਤੇ ਹੈ ਹੀ ਕੋਈ। ਕਾਹਦਾ ਤੈਨੂੰ ਮਾਣ ਹੈ? ਜਿੱਥੇ ਚਾਹੁੰਦਾ ਜ਼ਬਾਨ ਖੋਲ੍ਹੀ ਜਾਂਦਾ, ਮਜ਼ਾਕ ਉਡਾਈ ਜਾਂਦਾ, ਧੜ ਧੜ ਕਰੀ ਜਾਂਦਾ। ਬੇੜਾ ਗਰਕ ਹੋ ਗਿਆ ਯਾਰ, ਮੁਆਸ਼ਰੇ ਦਾ ਘਰ ਜਨਮ ਬਣ ਗਿਆ, ਰਿਸ਼ਤੇਦਾਰੀਆਂ ਜਨਮ ਬਣ ਗਈਆਂ। ਔਰਤਾਂ ਜੀਣ ਤੋਂ ਤੰਗ ਨੇ, ਮਰਦ ਜੀਣ ਤੋਂ ਤੰਗ ਨੇ। ਆ ਮੈਨੂੰ 38 ਬੰਦਿਆਂ ਨੇ ਕਹਿ ਦਿੱਤਾ ਸ਼ੇਖ ਸਾਹਿਬ ਕਿ ਮਰਨ ਨੂੰ ਥਾਂ ਨਹੀਂ ਲੱਭਦੀ, ਸਾਰਾ ਕੁਝ ਆ ਪਰ ਸਕੂਨ ਘਰ 'ਚ ਕੁਝ ਨਹੀਂ। ਤੋ ਮੇਰੇ ਪਿਆਰੇ ਭਾਈਓ, ਮੈਂ ਦੁਆ ਕਰ ਛੱਡਣਾ, ਦੁਆ ਤੋਂ ਹੀ ਗੱਲ ਸ਼ੁਰੂ ਕਰੀਏ। ਤੁਹਾਨੂੰ ਪਤਾ ਦੁਆ ਮੇਰੀ ਆਦਤ ਹੈ, ਔਰ ਮੈਂ ਸਮਝਦਾ ਜਿਸ ਬੰਦੇ ਨੂੰ ਅੱਲਾ ਨੇ ਦੁਆ ਦਿੱਤੀ ਹੈ ਨਾ, ਉਹਨੂੰ ਅੱਲਾ ਨੇ ਆਪਣੇ ਖਜ਼ਾਨਿਆਂ 'ਚੋਂ ਸਭ ਨਾਲੋਂ ਮਹਿਬੂਬ ਖਜ਼ਾਨਾ ਅਤਾ ਫਰਮਾ ਦਿੱਤਾ। ਦੁਆ ਕਰੋ ਅੱਲਾ ਪਾਕ ਆਪਣੀਆਂ ਨੇਮਤਾਂ ਦਾ ਕਦਰਦਾਨ ਬਣਨ ਦੀ ਤੋਫੀਕ ਅਤਾ ਫਰਮਾ। ਅੱਲਾ ਪਾਕ ਜੇ ਦਿਨ ਫੇਰੇ ਨਹੀਂ, ਜੇ ਰੁਤਬਾ ਦਿੱਤਾ ਹੀ, ਅੱਲਾ ਜੇ ਸੌਖੇ ਸਾਹ ਪੈ ਲੈਂਦੇ ਹਾਂ, ਜੇ ਫੁੱਟਪਾਥਾਂ 'ਤੇ ਨਹੀਂ ਸੌਂਦੇ ਪੁੱਤਰ, ਜੇ ਜੇਲ੍ਹਾਂ 'ਚ ਧੱਕੇ ਨਹੀਂ ਨਾ ਖਾਂਦਾ, ਜੇ ਲੱਤ ਨਹੀਂ ਨਾ ਟੁੱਟੀ, ਬਾਜ਼ ਆ ਜਾ ਬੀਬੀ ਨੂੰ ਗਾਲਾਂ ਨਾ ਕੱਢਿਆ ਕਰ, ਬਾਜ਼ ਆ ਜਾ ਜੇ ਤੇਰਾ ਬਾਪ ਫੌਤ ਹੋ ਗਿਆ ਨਾ, ਤੇ ਭੈਣਾਂ ਨੂੰ ਰਵਾਇਆ ਨਾ ਕਰ। ਭੈਣ ਕਿਸੇ ਵੇਲੇ ਵੱਧਦੀ ਘਾਟੀ ਵੀ ਕਰ ਜਾਏ, ਉਹ ਤੂੰ ਇੱਕ ਭੈਣ ਨੂੰ ਖੁਸ਼ ਨਹੀਂ ਰੱਖ ਸਕਿਆ? ਤੈਨੂੰ ਚਾਹੀਦਾ ਬਾਪ ਫੌਤ ਹੋ ਗਿਆ, ਬਾਪ ਵਾਲਾ ਪਿਆਰ ਵੀ ਦੇ, ਵੱਡੇ ਭਰਾਵਾਂ ਵਾਲਾ, ਛੋਟੇ ਭਰਾਵਾਂ ਵਾਲਾ ਵੀ ਪਿਆਰ ਦੇ। ਇਹ ਸਾਰੀ ਜ਼ਿੰਮੇਦਾਰੀ ਤੇਰੀ ਹੈ। ਅੱਲਾ ਪਾਕ ਕੋਲੋਂ ਦੁਆ ਕਰੋ, ਅੱਲਾ ਪਾਕ ਸਾਨੂੰ ਆਪਣੇ ਦਿਲਾਂ ਨੂੰ ਸ਼ਰਾਰਤਾਂ ਤੋਂ ਪਾਕ ਕਰਨ ਦੀ ਤੌਫੀਕ ਅਤਾ ਫਰਮਾ। ਅੱਲਾ ਕਿਬਰ ਤੋਂ ਪਾਕ ਕਰਨ ਦੀ ਤੌਫੀਕ ਅਤਾ ਫਰਮਾ। ਅੱਲਾ ਗੁਮੰਡ ਤੋਂ ਪਾਕ ਕਰਨ ਦੀ ਤੌਫੀਕ ਅਤਾ ਫਰਮਾ। ਅੱਛਾ, ਵੈਸੇ ਆ ਕੁਰਾਨੇ ਪਾਕ ਮੇਰੇ ਅੱਗੇ ਖੁੱਲ੍ਹਾ, ਇਹ ਵੀ ਮੈਂ ਤੁਹਾਨੂੰ ਮਾਸ਼ਾਅੱਲਾ ਰਾਸ ਦੀ ਗੱਲ ਦੱਸਣ ਲੱਗਾ। ਸਿਰ ਮੇਰੇ ਘਰਿਆ ਜੀ, ਜ਼ਰਾ ਸਿਰ ਚੁੱਕੇ ਆ ਜੇ, ਇੱਧਰ ਵੇਖਿਓ। ਇਹ ਜਿਹੜੀ ਅੱਲਾ ਨੇ ਕੁਰਾਨ ਸ਼ਰੀਫ 'ਚ ਵਾਕਿਆਤ ਬਿਆਨ ਕੀਤੇ ਨੇ ਨਾ, ਨਾਊਜ਼ ਬਿੱਲਾ ਅਸਤਗਫਿਰੁੱਲਾ, ਇਹ ਕੋ ਅੱਲਾ ਨੇ ਸਾਨੂੰ ਕਹਾਣੀਆਂ ਨਹੀਂ ਸੁਣਾਈਆਂ, ਕੋਈ ਕਹਾਣੀ ਦਾ ਅੰਦਾਜ਼ ਨਹੀਂ ਕਿ ਮੈਂ ਸੁਣਾ ਤਾ ਤੁਸੀਂ ਸੁਣ ਲਿਆ, ਮੈਂ ਸੁਣਾ ਕੇ ਵਾਹ ਵਾਹ ਕਰਵਾ ਲਈ, ਤੁਸੀਂ ਸੁਣ ਕੇ ਵਾਹ ਵਾਹ ਕਰ ਲਈ। ਇਹ ਤਾਂ ਮਕਸਦ ਹੀ ਨਹੀਂ ਕੁਰਾਨ ਨੇ ਜਿਹੜੇ ਵਾਕਿਆਤ ਬਿਆਨ ਕੀਤੇ ਨੇ। ਕੁਰਾਨੇ ਪਾਕ ਅੰਦਰ ਜਿਹੜੇ ਵੀ ਅੱਲਾ ਨੇ ਵਾਕਿਆਤ ਬਿਆਨ ਕੀਤੇ ਨੇ ਨਾ, ਉਹਦਾ ਮਕਸਦ ਹੀ ਅਸੀਂ ਇਬਰਤ ਹਾਸਲ ਕਰੀਏ। ਕਿਤਾਬੁਨ ਅਨਜ਼ਲਨਾ ਇਲੈਕਾ ਮੁਬਾਰਕੁਨ ਲਿਯਦੱਬਰੂ ਆਯਾਤੀ ਵਲਿਯਤਵੱਖਰ ਉਲੂਲ ਅਲਬਾਬ। ਨਸੀਹਤ ਹਾਸਲ ਕਰੋ, ਇਬਰਤ ਹਾਸਲ ਕਰੋ। ਕੋਈ ਵੀ ਕੁਰਾਨ ਦਾ ਵਾਕਿਆ ਸੁਣਦੇ ਹੋ ਨਾ, ਉੱਥੇ ਖਲੋ ਜਿਆ ਕਰੋ, ਖਲੋ ਕੇ ਸੋਚਿਆ ਕਰੋ ਇਹਦੇ 'ਚੋਂ ਮੈਂ ਸਿੱਖਿਆ ਕੀ ਹੈ, ਅਤੇ ਆਹ ਵਾਕਿਆ ਸੁਣ ਕੇ ਮੈਂ ਆਪਣੇ ਆਪ ਨੂੰ ਬਦਲਿਆ ਕੀ। ਜੇ ਵਾਕਿਆ ਯੂਸਫ ਸੁਣ ਕੇ 20 ਸਾਲ ਤੋਂ ਵੀ ਉੱਥੇ ਹੀ ਖਲੋਤਾ ਹੈ, ਉਹ ਹੀ ਤੇਰੀ ਜ਼ਬਾਨ ਹੈ, ਉਹ ਹੀ ਤੇਰੀਆਂ ਕਾਲੀਆਂ ਕਾਲਾਂ ਅਤੇ ਕਾਲੀਆਂ ਰਾਤਾਂ ਅਤੇ ਕਾਲੀਆਂ ਬਾਤਾਂ ਅਤੇ ਨਜਾਇਜ਼ ਤਲਕਾਤ ਨੇ, ਤੂੰ ਵਾਕਿਆ ਯੂਸਫ ਕੀ ਸੁਣਿਆ? ਹਜ਼ਰਤ ਸੁਲੇਮਾਨ ਅਲੈਹਿ ਸਲਾਮ ਦਾ ਵਾਕਿਆ ਸੁਣ ਕੇ ਵੀ ਜੇ ਤੇਰੇ ਅੰਦਰ ਦਾ ਕਰੂਨ ਨਹੀਂ ਮਰਿਆ, ਅੰਦਰ ਦਾ ਨਮਰੂਦ ਨਹੀਂ ਮਰਿਆ, ਹਰ ਕਿਸੇ ਨੂੰ ਅੱਗੇ ਲਾਇਆ ਹੀ, ਤੇ ਦੱਸ ਤੈਨੂੰ ਹਜ਼ਰਤ ਸੁਲੇਮਾਨ ਦੇ ਵਾਕਿਆ ਨੇ ਕੀ ਦਿੱਤਾ? ਉਹ ਤੇਰੇ ਤੇ ਪੱਲੇ ਹੀ ਅਜੇ ਕੁਝ ਨਹੀਂ, ਇੱਥੇ ਤੇ ਕਰੂਨ ਵਰਗੇ ਆਏ ਤੇ ਰੱਬ ਸਾਹਮਣੇ ਨਹੀਂ ਝੁਕੇ, ਅੱਲਾ ਨੇ ਇਬਰਤ ਦੇ ਨਿਸ਼ਾਨ ਬਣਾ ਦਿੱਤੇ। ਇੱਥੇ ਤੇ ਜ਼ੁਲਕਰ ਨੈਨ ਵਰਗੇ ਆਏ ਤੇ ਕਿਵੇਂ ਆਪਣੇ ਰੱਬ ਦੇ ਸਾਹਮਣੇ ਰੋ ਰੋ ਕੇ ਦੋਵਾਂ ਜਹਾਨਾਂ ਦੀ ਸ਼ਾਨ ਪਾ ਗਏ।
ਕੋਈ ਵੀ ਵਾਕਿਆ ਸੁਣੋ। ਲਓ ਜੀ ਮੈਂ ਤੁਹਾਨੂੰ ਸਰਦੀਆਂ ਦਾ ਮੌਸਮ ਆ ਗਿਆ, ਕਿਉਂਕਿ ਤੁਹਾਡੇ ਸਾਰਿਆਂ ਦੇ ਸਿਰਹਾਣੇ ਤਰਜਮੇ ਵਾਲਾ ਕੁਰਾਨ ਪਿਆ। ਮੈਨੂੰ ਨਹੀਂ ਲੱਗਦਾ ਤੁਹਾਡੇ 'ਚੋਂ ਕੋਈ ਵੀ ਨੌਜਵਾਨ ਬਜ਼ੁਰਗ ਜਾਂ ਮੇਰੀ ਬੇਟੀ ਮਾਂ ਬਹਿਣ ਐਸੀ ਹੋਵੇ ਕਿ ਮੁਸਲਮਾਨ ਹੋਵੇ ਅਤੇ ਉਹਦੇ ਬੈੱਡ ਦੇ ਨਾਲ ਤਰਜਮੇ ਵਾਲਾ ਕੁਰਾਨ ਨਾ ਪਿਆ ਹੋਵੇ। ਇਹ ਗੱਲ ਮੈਨੂੰ ਨਹੀਂ ਸਮਝ ਆਉਂਦੀ। ਜੇ ਅਸੀਂ ਨਹੀਂ ਕੁਰਾਨ ਪੜ੍ਹਨਾ ਤੇ ਮੇਰੇ ਪਿਆਰੇ ਭਾਈਓ ਦੱਸੋ ਫਿਰ ਕਿਹਨੇ ਪੜ੍ਹਨਾ? ਹਰ ਚਾਰ ਭਾਈ ਦੇ ਨਾਲ ਆਪਣਾ ਕੁਰਾਨ ਰੱਖੋ, ਬੈੱਡ 'ਤੇ ਕੁਰਾਨ ਰੱਖੋ, ਇਹ ਕੁਰਾਨੀ ਵਾਕਿਆ 'ਤੇ ਗੌਰ ਕਰੋ। ਸੁਣੋ ਹਾਂ, ਮੈਂ ਤੁਹਾਡੇ ਸਾਹਮਣੇ ਦੋ ਤਿੰਨ ਚੀਜ਼ਾਂ ਐਸੇ ਮੌਜੂ ਦੇ ਹਵਾਲੇ ਨਾਲ ਰੱਖ ਦਿੰਦਾ ਕਿ ਜੇ ਅੱਲਾ ਰੁਤਬਾ ਦਵੇ, ਸਿਹਤ ਦਵੇ, ਜਵਾਨੀ ਦਵੇ, ਪੈਸਾ ਦਵੇ, ਗੱਲਬਾਤ ਕਰਨ ਦਾ ਤਰੀਕਾ ਦਵੇ, ਅਤੇ ਫਿਰ ਕਿਹੋ ਜਿਹਾ ਕਿਰਦਾਰ ਹੋਣਾ ਚਾਹੀਦਾ? ਲਓ ਜੀ ਮੈਂ ਕੁਰਾਨ ਪੜ੍ਹ ਕੇ ਦੱਸਣਾ, ਜ਼ਰਾ ਅੱਲਾ ਪਾਕ ਦਾ ਕੁਰਾਨ ਸੁਣਿਓ। ਅੱਲਾ ਫਰਮਾ ਰਹੇ ਨੇ, ਐ ਮੇਰੇ ਮਹਿਬੂਬ ਪੈਗੰਬਰ ਇਮਾਮ ਉਲ ਅੰਬੀਆ ਜਨਾਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਐਲਾਨ ਕਰ ਦਿਓ। ਫਰਮਾਇਆ ਵਲਕਦ ਆਤੈਨਾ ਦਾਊਦ ਵਸੁਲੈਮਾਨ ਇਲਮਾ ਵਕਾਲਾ ਅਲਹਮਦੁਲਿਲਾਹਿ ਅਲਜ਼ੀ ਫਜ਼ਲਨਾ ਅਲਾ ਕਸੀਰਿਮ ਮਿਨ ਇਬਾਦਿਹਿ ਅਲਮੁਅਮਿਨੀਨ ووارث سليمان داوود وقال يا أيها الناس علمنا منطق الطير وأوتينا من كل شيء إن هذا لهو الفضل المبين وحشر لسليمان جنوده من الجن والإنس والطير فهم يوزعون حتى إذا أتوا إلى النمل قالت نملة يا أيها النمل ادخلوا مساكنكم لا يحطمنكم سليمان وجنوده وهم لا يشعرون فتبسم ضاحكا من قولها وقال رب أوزعني أن أشكر نعمتك التي أنعمت علي وعلى والدي وأن أعمل صالحا ترضاه وأدخلني برحمتك في عبادك الصالحين ਅੱਲਾ ਪਾਕ ਦੇ ਪਾਕ ਪੈਗੰਬਰ ਦੇ ਖੁਤਬਾ ਜੁਮਾਤੁਲ ਮੁਬਾਰਕਾ ਦੀ ਸੁਨਤ ਦੇਵੇ, ਨਬੀ ਪਾਕ ਕੁਰਾਨ ਦੀਆਂ ਐਤਾਂ ਪੜ੍ਹਦੇ ਅਤੇ ਆਪਣੇ ਸਿਆਪਾਂ ਨੂੰ ਤਫਸੀਰ ਬਿਆਨ ਕਰਦੇ, ਕੁਰਾਨ ਦੀਆਂ ਐਤਾਂ ਪੜ੍ਹਦੇ ਆਪਣੇ ਸਿਆਪਾ ਗ੍ਰਾਮ ਦੀਆਂ ਤਰਬੀਤਾਂ ਕਰਦੇ। ਫਰਮਾਇਆ ਵਾਲਾ ਕਦ ਆਤੈਨਾ ਦਾਊਦ ਸੁਲੈਮਾਨ ਇਲਮਾ, ਅਸੀਂ ਹਜ਼ਰਤ ਦਾਊਦ ਅਤੇ ਸੁਲੈਮਾਨ ਨੂੰ ਇਲਮ ਅਤਾ ਫਰਮਾਇਆ, ਸ਼ਾਨਾਂ ਦਿੱਤੀਆਂ, ਮੁਕਾਮ ਦਿੱਤੇ, ਰੁਤਬੇ ਦਿੱਤੇ, ਬੁਲੰਦੀਆਂ ਅਤਾ ਫਰਮਾਈਆਂ, ਅਤੇ ਦੋਨੋਂ ਬਾਂ ਬੇਟਾ ਕੀ ਕਹਿੰਦੇ ਨੇ? ਵਕਾਲਾ ਅਲਹਮਦੁਲਿਲਾਹਿ ਅਲਜ਼ੀ ਫਜ਼ਲਨਾ ਅਲਾ ਕਸੀਰਿਮ ਮਿਨ ਇਬਾਦਿਹਿ ਅਲਮੁਅਮਿਨੀਨ। ਅਗਰ ਕੋਈ ਬਾਪ ਬੇਟਾ ਇੱਥੇ ਬੈਠਾ ਹੈ ਨਾ, ਤੇ ਇਹ ਵਜ਼ੀਫਾ ਮੇਰਾ ਦਿਲ ਕਰਦਾ, ਮੈਂ ਬਾਪ ਦੇ ਮੱਥੇ 'ਤੇ ਵੀ ਲਿਖਦਾ ਅਤੇ ਬੇਟੇ ਦੇ ਮੱਥੇ 'ਤੇ ਵੀ ਲਿਖਦਾ। ਜੇ ਰੱਬ ਨੇ ਸ਼ਾਨ ਦਿੱਤਾ, ਮੁਕਾਮ ਦਿੱਤਾ, ਦੁਕਾਨ ਦਿੱਤੀ ਹੈ, ਘਰ ਬਾਰ ਦਿੱਤਾ, ਇੱਜ਼ਤ ਅਤੇ ਮੁਕਾਮ ਅਤਾ ਫਰਮਾਇਆ ਨਾ, ਫਿਰ ਚੱਲਦਾ, ਫਿਰਦਾ, ਬਹਿੰਦਾ, ਉੱਠਦਾ, ਨਫਲ ਅੰਦਰ, ਸੁੰਨਤ ਅੰਦਰ, ਤਹੱਜੁਦ ਅੰਦਰ, ਰੋ ਰੋ ਕੇ ਹਜ਼ਰਤ ਸੁਲੈਮਾਨ ਅਤੇ ਦਾਊਦ ਦੀ ਇਹ ਦੁਆ ਪੜਿਆ ਕਰ, ਇਹਨਾਂ ਦੋਵਾਂ ਦਾ ਵਜ਼ੀਫਾ ਪੜਿਆ ਕਰ। ਅਲਹਮਦੁਲਿਲਾਹ
الله الذي فضلنا على كثير من عباده المؤمنين. ਤਾਰੀਫ ਤੇ ਉਸ ਰੱਬ ਦੀ ਏ ਜਿਸ ਅੱਲਾ ਨੇ ਸਾਨੂੰ ਆਪਣੇ ਲੱਖਾਂ ਬੰਦਿਆਂ ਤੇ ਫਜ਼ੀਲਤ ਅਤਾ ਫਰਮਾਈ ਏ। ਸ਼ੁਕਰ ਤੇ ਉਸ ਰੱਬ ਦਾ ਜਿਹਨੇ ਸਾਨੂੰ ਠਾਠ ਬਾਠ ਤੇ ਮੁਕਾਮ ਵਾਲੀ ਜ਼ਿੰਦਗੀ ਅਤਾ ਫਰਮਾਈ ਏ। ਬੜੇ ਬੜੇ ਉਹਦੇ ਮੋਮਨ ਬੰਦੇ ਨੇ, ਪਰ ਉਹਨਾਂ ਲੱਖਾਂ ਤੇ ਕਰੋੜਾਂ ਮੋਮਨ ਬੰਦਿਆਂ ਦੇ ਅੱਲਾ ਨੇ ਸਾਨੂੰ ਸ਼ਾਨ ਅਤਾ ਫਰਮਾਇਆ। ਅਲਹਮਦੁਲਿਲਾਹ ਅਲਲਜ਼ੀ ਫਜ਼ਲਨਾ ਅਲਾ ਕਸੀਰੇ ਮਿਨੇ ਬਾਦਿਹਿਲ ਮੋਮਿਨੀਨ। ਇਹ ਵਜ਼ੀਫਾ ਜਿਹੜਾ ਕਸਰਤ ਨਾਲ ਪੜਿਆ ਕਰ, ਬਾਪ ਵੀ ਪੜੇ, ਬੇਟਾ ਵੀ ਪੜੇ, ਘਰ ਦੀ ਫੈਮਿਲੀ ਦਾ ਹਰ ਫਰਦ ਪੜੇ। ਜੇ ਰੱਬ ਨੇ ਜ਼ਾਤੀ ਮਕਾਨ ਦਿੱਤਾ, ਜ਼ਾਤੀ ਕਾਰੋਬਾਰ ਦਿੱਤਾ, ਘਰ ਬਾਰ ਨਾਲ ਨਵਾਜ਼ਿਆ, ਸਿਹਤ ਤੇ ਅੱਲਾ ਪਾਕ ਨੇ ਜੇ ਇੱਜ਼ਤ ਦੇ ਮਾਮਲੇ ਅਦਾ ਫਰਮਾਏ ਨੇ। ਅੱਛਾ ਤੇਰਾ ਅਗਲੀ ਗੱਲ ਸੁਣਨਾ, ਅੱਲਾ ਰੁਤਬਾ ਦੇਵੇ, ਸ਼ਾਨ ਦੇਵੇ, ਆਸਾਨੀ ਦੇਵੇ ਤੇ ਬੰਦੇ ਨੇ ਕਰਨਾ ਕੀ ਹੈ? ਤਵੱਜੋ ਫਰਮਾਣਾ। ਫਰਮਾਇਆ ਵਾ ਵਾਰਿਸਾ ਸੁਲੈਮਾਨ ਦਾਊਦ, ਹਜ਼ਰਤ ਦਾਊਦ ਤੋਂ ਬਾਅਦ ਹਜ਼ਰਤ ਸੁਲੈਮਾਨ ਫਿਰ ਉਹਨਾਂ ਦੇ ਵਾਰਸ ਬਣੇ ਤੇ ਹਜ਼ਰਤ ਸੁਲੈਮਾਨ ਫਰਮਾਉਂਦੇ ਨੇ وَقَالَ يَا أَيُّهَا النَّاسُ عُلِّمْنَا مَنْطِقَ الطَّيْرِ وَأُوتِينَا مِنْ كُلِّ شَيْءٍ إِنَّ هَذَا لَهُوَ الْفَضْلُ الْمُبِينُ। ਹਜ਼ਰਤ ਸੁਲੇਮਾਨ ਜਦੋਂ ਆਪਣੇ ਬਾਪ ਦੇ ਵਾਰਸ ਬਣੇ ਤੇ ਕਹਿਣ ਲੱਗੇ, ਲੋਗੋ ਅੱਲਾ ਪਾਕ ਨੇ ਮੈਨੂੰ ਪਰਿੰਦਿਆਂ ਦੀਆਂ ਬੋਲੀਆਂ ਵੀ ਸਿਖਾਈਆਂ ਨੇ। ਵਾਉਤੀਨਾ ਮਿਨ ਕੁੱਲੇ ਸ਼ਈ, ਅੱਲਾ ਪਾਕ ਨੇ ਨਬੂਵਤ ਵੀ ਅਤਾ ਫਰਮਾਈ ਹੈ, ਹਕੂਮਤ ਵੀ ਅਤਾ ਫਰਮਾਈ ਹੈ, ਸਿਆਸਤ ਵੀ ਅਤਾ ਫਰਮਾਈ ਹੈ, ਇੱਜ਼ਤ ਵੀ ਅਤਾ ਫਰਮਾਈ ਹੈ, ਰਿਫਤ ਵੀ ਅਤਾ ਫਰਮਾਈ ਹੈ। ਫਰਮਾਇਆ ਅੱਲਾ ਪਾਕ ਨੇ ਸਾਰਾ ਕੁਝ ਦਿੱਤਾ ਹੈ। ਇਨ ਹਾਜ਼ਾ ਲਹੂ ਅਲ ਫਜ਼ਲੁਲ ਮੁਬੀਨ, ਅੱਲਾ ਪਾਕ ਦਾ ਸਾਡੇ ਤੇ ਖੁੱਲਾ ਫਜ਼ਲ ਹੈ। ਅੱਲਾ ਪਾਕ ਨੇ ਆਪਣੇ ਫਜ਼ਲ ਦੀ ਸਾਡੇ ਤੇ ਇੰਤਹਾ ਫਰਮਾ ਦਿੱਤੀ ਹੈ। ਲਓ ਜੀ, ਜੇ ਰੁਤਬਾ ਮਿਲੇ ਨਾ ਤੇ ਇੱਕ ਤੇ ਦੁਆ ਹੈ, ਅਲਹਮਦੁਲਿਲਾਹ ਅਲਲਜ਼ੀ ਫਜ਼ਲਨਾ ਅਲਾ ਕਸੀਰੇ ਮਿਨ ਇਬਾਦਿਹਿ ਅਲਮੁਮਿਨੀਨ, ਇਹ ਦੁਆ ਬਹੁਤ ਜ਼ਿਆਦਾ ਪੜ੍ਹਨੀ ਹੈ। ਫਿਰ ਵੇਖਣਾ ਅੱਲਾ ਸ਼ੁਕਰਗੁਜ਼ਾਰਾਂ ਦੀ ਲਿਸਟ 'ਚ ਨਾਮ ਕਿਵੇਂ ਪਾਉਂਦਾ ਤੇ ਫਿਰ ਕਦਮ ਕਦਮ ਤੇ ਕਹਿਣਾ ਇਨ ਹਾਜ਼ਾ ਲਹੁ ਅਲ ਫਜ਼ਲੁ ਅਲਮੁਬੀਨ। ਮੈਂ ਇਸ ਕੋਠੀ ਦਾ ਹੱਕਦਾਰ ਨਹੀਂ ਸਾਂ, ਮੈਂ ਇਸ ਗੱਡੀ ਦਾ ਹੱਕਦਾਰ ਨਹੀਂ ਸਾਂ, ਮੈਂ ਇਸ ਕਾਰੋਬਾਰ ਦਾ ਹੱਕਦਾਰ ਨਹੀਂ ਸਾਂ, ਮੈਂ ਇਹਨਾਂ ਇੱਜ਼ਤਾਂ ਬਰਕਤਾਂ ਸ਼ਾਨਾਂ ਦਾ ਹੱਕਦਾਰ ਨਹੀਂ ਸਾਂ। ਆ ਮੇਰਾ ਮਾਲਕ ਮੇਰੇ ਕੋਲੋਂ ਜਿਹੜੀਆਂ ਨੇਕੀਆਂ ਕਰਵਾ ਰਿਹਾ ਨਾ, ਮੈਂ ਇਹਨਾਂ ਨੇਕੀਆਂ ਪੱਲਾ ਝਾੜ ਕੇ ਆਪਣੇ ਰੱਬ ਦੇ ਖਾਤੇ ਪੈ ਗਿਆ ਕਰ ਤੇ ਕਿਹਾ ਕਰ ਇਨ ਹਾਜ਼ਾ ਲਹੁ ਅਲ ਫਜ਼ਲੁ ਅਲ ਮੁਬੀਨ, ਇਹ ਮੇਰੇ ਅੱਲਾ ਪਾਕ ਦਾ ਮੇਰੇ ਤੇ ਖੁੱਲਾ ਫਜ਼ਲ ਹੈ ਤੇ ਅੱਲਾ ਪਾਕ ਨੇ ਮੈਨੂੰ ਆਪਣੇ ਫਜ਼ਲ ਲਈ ਚੁਣ ਲਿਆ। ਅੱਲਾ ਰੁਤਬਾ ਦੇਵੇ, ਇੱਜ਼ਤ ਦੇਵੇ, ਸ਼ਾਨ ਦੇਵੇ, ਮੁਕਾਮ ਦੇਵੇ, ਫਿਰ ਅੱਲਾ ਦੀ ਹਮਦ ਦੇ ਕਲਮੇ ਪੜਿਆ ਕਰ, ਫਿਰ ਆਪਣੇ ਜ਼ੁਬਾਨ ਚੋਂ ਅੱਲਾ ਦੇ ਫਜ਼ਲ ਦਾ ਇਤਰਾਫ਼ ਵੀ ਕਰਿਆ ਕਰ, ਇਜ਼ਹਾਰ ਵੀ ਕਰਿਆ ਕਰ। ਓਏ ਇਸੇ ਚਾਂਦਰੀ ਸਾਰੀ ਜ਼ਿੰਦਗੀ ਬਸਰ ਕਰਦੇ, ਅੱਲਾ ਪਾਕ ਨੇ ਮੈਨੂੰ ਸਿਹਤ ਦੀਆਂ ਬਾਦਸ਼ਾਹਤਾਂ ਅਤਾ ਕੀਤੀਆਂ ਨੇ, ਮੈਨੂੰ ਮੰਗਣਾ ਨਹੀਂ ਪੈਂਦਾ, ਅੱਲਾ ਪਾਕ ਨੇ ਮੈਨੂੰ ਇੱਜ਼ਤ ਵਾਲੀ ਚਾਰ ਦੀਵਾਰੀ ਅਤਾ ਫਰਮਾਈ ਹੈ। ਜ਼ਰਾ ਅਗਲੀ ਗੱਲ 'ਤੇ ਗੌਰ ਫਰਮਾਣਾ। ਫਰਮਾਇਆ ਵਾ ਹੁਸ਼ੇਰਾ ਲੈ ਸੁਲੈਮਾਨ ਜੁਨੂਦੁਹੁ ਮਿਨਲ ਜਿੰਨਿ ਵਲ ਇਨਸਿ ਵਤ-ਤੈਰ ਫਹੁਮ ਯੂਜ਼ਊਨ। ਇੱਕ ਦਿਨ ਹਜ਼ਰਤ ਸੁਲੈਮਾਨ ਅਲੈਹਿ ਸਲਾਤੁ ਵਸਲਾਮ ਆਪਣੇ ਜਿੰਨਾਂ ਦੇ ਨਾਲ ਜਾ ਰਹੇ ਨੇ, ਆਪਣੇ ਸਿਹਾਬੀਆਂ ਦੇ ਨਾਲ ਜਾ ਰਹੇ ਨੇ, ਉੱਤੇ ਉੱਤੇ ਪਰਿੰਦੇ ਵੀ ਸੈਯਦ ਨਾ ਸੁਲੈਮਾਨ ਨਾਲ ਜਾ ਰਹੇ ਨੇ। ਸੋਚ ਨਾ ਤਸੱਵਰ ਦੀ ਦੁਨੀਆ ਅੰਦਰ ਉਹ ਕੀ
ਸਮਾਂ ਹੋਏਗਾ, ਇੱਕ ਪਾਸੇ ਜਿੰਨ ਨੇ, ਇੱਕ ਪਾਸੇ ਸਿਆਬੀ ਨੇ, ਉੱਤੇ ਪਰਿੰਦਿਆਂ ਦੀਆਂ ਕਤਾਰਾਂ ਤੇ ਹਜ਼ਰਤ ਸੁਲੇਮਾਨ ਦਾ ਲਸ਼ਕਰ ਜਾ ਰਿਹਾ। ਤੇ ਰੱਬ ਦਾ ਕੁਰਾਨ ਆਂਦਾ, ਹੱਤਾ ਇਦਾ ਅਤਉ ਅਲਾ ਵਾਦਿਨ ਨਮਲੇ ਕਾਲਤ ਨਮਲਤੁਨ ਯਾ ਅਯੂਹਨ ਨਮਲੁ ਦਖਲੂ ਮਸਾਕਿਨਕੁਮ ਲਾ ਯਹਤਿਮਨਕੁਮ ਸੁਲੇਮਾਨ ਵਜਨੂਦੁ ਵਹੁਮ ਲਾ ਯਸ਼ਉਰੂਨ। ਚੱਲਦੇ ਚੱਲਦੇ ਹਜ਼ਰਤ ਸੁਲੇਮਾਨ ਆਪਣੇ ਲਾਓ ਲਸ਼ਕਰ ਦੇ ਨਾਲ ਇੱਕ ਚਿਉਂਟੀਆਂ ਦੀ ਬਸਤੀ ਦੇ ਅੰਦਰ ਚਲੇ ਗਏ। ਤਵੱਜੋ ਫਰਮਾਣਾ, ਅੱਗੇ ਇੱਕ ਚਿਉਂਟੀ ਆਪਣੀ ਦੂਸਰੀਆਂ ਚਿਉਂਟੀਆਂ ਨੂੰ ਕਹਿੰਦੀ ਹੈ, ਆਪਣੀਆਂ ਬਿੱਲਾਂ ਦੇ ਅੰਦਰ ਦਾਖਲ ਹੋ ਜਾਓ। ਲਾ ਯਹਤਿਮਨਕੁਮ ਸੁਲੇਮਾਨ ਵਜਨੂਦੁ, ਕਿਤੇ ਸੁਲੇਮਾਨ ਤੇ ਸੁਲੇਮਾਨ ਦਾ ਲਸ਼ਕਰ ਤੁਹਾਨੂੰ ਪੈਰਾਂ ਥੱਲੇ ਨਾ ਰੌਣ ਦੇਵੇ। ਕਿਉਂ? ਵਹੁਮ ਲਾ ਯਸ਼ਉਰੂਨ, ਹੋ ਸਕਦੇ ਉਹਨਾਂ ਨੂੰ ਪਤਾ ਨਾ ਚੱਲੇ, ਹੋ ਸਕਦੇ ਉਹਨਾਂ ਨੂੰ ਸ਼ੌਰ ਹੀ ਨਾ ਹੋਵੇ ਤੇ ਤੁਹਾਨੂੰ ਪੈਰਾਂ ਦੇ ਥੱਲੇ ਰੌਣ ਦੇਵੇ। ਹਜ਼ਰਤ ਸੁਲੇਮਾਨ ਨੇ ਚਿਉਂਟੀ ਦੀ ਜਦੋਂ ਇੰਨੀ ਗੱਲ ਸੁਣੀ ਹੈ, ਫਤਾ ਬਸਮ ਵਾਹਿਕਮ ਮਿਨ ਕੌਲਿਹਾ, ਫਤਾ ਬਸਮ ਵਾਹਿਕਮ ਮਿਨ ਕੌਲਿਹਾ। ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਕੁਰਾਨ ਆਂਦਾ, ਚਿਉਂਟੀ ਦੀ ਗੱਲ ਸੁਣ ਕੇ ਹੱਸ ਪੈ, ਚਿਉਂਟੀ ਦੀ ਗੱਲ ਸੁਣ ਕੇ ਮੁਸਕਰਾ ਪੈ। ਇੱਥੇ ਨਾ ਮੁਫੱਸਰ ਹੀ ਨੇ ਦੋ ਗੱਲਾਂ ਲਿਖੀਆਂ ਨੇ ਕਿ ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਮੁਸਕਰਾਏ ਕਿਉਂ ਹੈ, ਨਬੀ ਦਾ ਮੌਜਜ਼ਾ ਹੈ। ਹਾਲਾਂ ਚਿਉਂਟੀ ਚੱਲਦੀ ਹੋਵੇ ਤੇ ਨਾ ਉਹਦੇ ਚੱਲਣ ਦੀ ਆਵਾਜ਼ ਆਉਂਦੀ ਹੈ ਤੇ ਨਾ ਬੋਲਣ ਦੀ ਆਵਾਜ਼ ਆਉਂਦੀ ਹੈ। ਅੱਲਾਹ ਪਾਕ ਨੇ ਆਪਣੇ ਨਬੀ ਦੇ ਮੌਜਜ਼ੇ ਦਾ ਇਜ਼ਹਾਰ ਕੀਤਾ ਕਿ ਉਹਦੀ ਆਵਾਜ਼ ਨਬੀ ਸੁਲੇਮਾਨ ਤੱਕ ਪਹੁੰਚਾਈ। ਹੁਣ ਹਜ਼ਰਤ ਸੁਲੇਮਾਨ ਵੇਖ ਕੇ ਮੁਸਕਰਾਏ ਕਿਉਂ ਨੇ? ਮੁਫੱਸਰੀ ਲਿਖਦੇ ਨੇ ਇੱਕ ਦੇ ਇਸ ਵਜ੍ਹਾ ਤੋਂ ਮੁਸਕਰਾਏ ਸਨ ਕਿ ਬੜੇ ਹੈਰਾਨ ਹੋਏ ਕਿ ਇਹਨੀ ਕਿੰਨੀ ਅਦਲ ਵਾਲੀ ਗੱਲ ਕਹੀ ਹੈ, ਸਾਨੂੰ ਕਸੂਰਵਾਰ ਨਹੀਂ ਸੁ ਗਿਆ, ਸਾਡੇ ਤੇ ਕੋਈ ਤਨਕੀਦ ਦੇ ਮਿਸਟਰ ਨਹੀਂ ਸੋਚ ਰਹੇ ਕਿ ਅਸੀਂ ਕੋ ਬੜੇ ਜ਼ਾਲਮ ਆ, ਬੜੇ ਬੇਰਹਿਮ ਆ। ਉਹਨੇ ਬੜੀ ਇਤਦਾਲ ਵਾਲੀ ਗੱਲ ਕੀਤੀ ਹੈ, ਹੋ ਸਕਦਾ ਤੁਹਾਨੂੰ ਰੌਣ ਦੇਣ ਤੇ ਤੁਹਾਨੂੰ ਪਤਾ ਨਾ ਚੱਲੇ। ਤੇ ਦੂਸਰਾ ਬਾਅਦ ਮੈਂ ਲਿਖਿਆ, ਇਸ ਵਾਸਤੇ ਮੁਸਕਰਾਏ ਕਿ ਵੇਖੋ ਇੱਕ ਕੀੜਾ ਆਪਣੇ ਕੀੜਿਆਂ ਦਾ ਕਿੰਨਾ ਖੈਰ ਹੈ। ਇਨਸਾਨ ਇਨਸਾਨ ਹੋ ਕੇ ਵੇਖ ਲਓ ਲੁੱਟੀ ਜਾ ਰਿਹਾ, ਇੱਜ਼ਤਾਂ ਲੁੱਟੀ ਜਾ ਰਿਹਾ, ਮਾਲ ਲੁੱਟੀ ਜਾ ਰਿਹਾ, ਇਨਸਾਨ ਇਨਸਾਨ ਦਾ ਜੀਣਾ ਹਰਾਮ ਕਰਦਾ ਜਾ ਰਿਹਾ, ਇਹ ਕੀੜਾ ਹੋ ਕੇ ਕੀੜੇ ਦਾ ਕਿੰਨਾ ਖੈਰ ਖਾਏ। ਹਜ਼ਰਤ ਸੁਲੇਮਾਨ ਅਲੈਹਿਸ ਸਲਾਮ ਮੁਸਕਰਾਏ ਤੇ ਜਦੋਂ ਚਿਉਂਟੀ ਨੇ ਇਹ ਗੱਲ ਆਖੀ, ਵਹੁਮ ਲਾ ਯਸ਼ਉਰੂਨ, ਨਬੀ ਸੁਲੇਮਾਨ ਵੀ ਇਲਮੇ ਗੈਬ ਨਹੀਂ ਜਾਣਦੇ, ਇਹਨਾਂ ਦੇ ਜਿੰਨ ਵੀ ਇਲਮੇ ਗੈਬ ਨਹੀਂ ਜਾਣਦੇ, ਇਹਨਾਂ ਦੇ ਪਰਿੰਦੇ ਵੀ ਇਲਮੇ ਗੈਬ ਨਹੀਂ ਜਾਣਦੇ। ਤੇ ਹੌਲੀ ਹੌਲੀ ਬੋਲੋ, ਨਬੀ ਸੁਲੇਮਾਨ ਦੇ ਸਿਹਾਬੀ ਵੀ ਇਲਮੇ ਗੈਬ ਜਾਣਦੇ? ਮੈਨੂੰ ਤੇ ਲੱਗਦਾ ਚਿਉਂਟੀ ਵਾਪਣ ਸੀ। ਹੱਸਣ ਵਾਲੀ ਗੱਲ ਨਹੀਂ, ਮੈਂ ਕੁਰਾਨ ਪਿਆ ਪੜ੍ਹਨਾ, ਇਹਦਾ ਦਿਮਾਗ ਕਿੰਨਾ ਕੁ ਹੈ। ਉਹ ਚਿਉਂਟੀ ਨੂੰ ਪਤਾ ਕਿ ਹਜ਼ਰਤ ਸੁਲੇਮਾਨ ਤੇ ਉਹਦੇ ਸਿਹਾਬੀ ਜਿਹੜੇ ਨੇ ਨਾ, ਇਹ ਇਲਮੇ ਗੈਬ ਨਹੀਂ ਜਾਣਦੇ। ਤੂੰ ਫਲਾਣੀ ਪੜੀ ਕੋ ਡਰੀ ਜਾਂਦਾ, ਉਸ ਜਿਨ ਬਦਲ ਸ਼ਾਹ ਕੋ ਡਰੀ ਜਾਂਦਾ, ਜੀ ਉਹਦੇ ਕੋ ਮੌਕਲ ਨਹੀਂ, ਉਹਦੇ ਕੋਲ ਹਾਏ ਔਰ ਕਿਸੇ ਕੋਲ ਕੁਝ ਨਹੀਂ। ਮਿਲ ਕੇ ਬੋਲੋ, ਇੱਜ਼ਤਾਂ ਦਾ ਮਾਲਕ ਕੌਣ ਹੈ? ਫਿਰ ਬੋਲੋ, ਜ਼ਿੰਦਤਾਂ ਦਾ ਮਾਲਕ ਕੌਣ ਹੈ? ਰੱਬ ਇੱਜ਼ਤ ਦੇਣ ਤੇ ਆਏ ਤੇ ਕੋਈ ਜ਼ਲੀਲ ਨਹੀਂ ਜੇ ਕਰ ਸਕਦਾ, ਤੇ ਜੇ ਅੱਲਾ ਕਿਸੇ ਨੂੰ ਜ਼ਲੀਲ ਕਰਨ ਤੇ ਆਏ ਤੇ ਕੋਈ ਇੱਜ਼ਤ ਨਹੀਂ ਜੇ ਦੇ ਸਕਦਾ। ਖੈਰ, ਜਿਹੜੀ ਗੱਲ ਮੈਂ ਦੱਸਣੀ ਹੈ, ਭਾਊ ਜੇ ਤੈਨੂੰ ਬੋਲਣ ਦਾ ਤਰੀਕਾ ਆ ਗਿਆ, ਦੁਕਾਨ ਮਿਲ ਗਈ ਹੈ, ਗੱਡੀ ਮਿਲ ਗਈ ਹੈ, ਸ਼ਾਨ ਮਿਲ ਗਿਆ, ਭੈਣਾਂ ਭਰਾਵਾਂ ਚੋਂ ਅੱਲਾ ਨੇ ਜੇ ਤੈਨੂੰ ਇੱਜ਼ਤ ਤਾਂ ਕੀਤੀ ਹੈ ਨਾ, ਫਿਰ ਤੇਰਾ ਕਿਰਦਾਰ ਕੀ ਹੋਣਾ ਚਾਹੀਦਾ? ਹਜ਼ਰਤ ਸੁਲੇਮਾਨ ਇੱਕ ਤੇ ਉਹਦੀ ਗੱਲ ਸੁਣ ਕੇ ਮੁਸਕਰਾ ਪਿਆ, ਯਾਨੀ ਇੱਕ ਕੀੜੇ ਨੂੰ ਵੀ ਨਬੀ ਸੁਲੇਮਾਨ ਨੇ ਹਸੀਅਤ ਦਿੱਤੀ ਹੈ ਅਤੇ ਹਮੀਅਤ ਦਿੱਤੀ ਹੈ, ਉਹਦੀ ਗੱਲ ਵੱਲ ਵੀ ਤਵੱਜੋ ਕੀਤੀ ਹੈ। ਤੂੰ ਮਾਂ ਬਾਪ ਦੀ ਗੱਲ ਵੱਲ ਤਵੱਜੋ ਨਹੀਂ ਕਰਦਾ, ਇਹਨੇ ਕੀੜੀ ਦੀ ਗੱਲ ਵੀ ਸੁਣ ਕੇ ਤਾਂ ਵੇਖ ਲਓ ਆਪਣੇ ਰਿਮਾਰਕਸ ਦਿੱਤੇ ਨੇ। ਤੂੰ ਧਿਆਨ ਨਾਲ ਵੱਡੇ ਭਾਈ ਦੀ ਗੱਲ ਨਹੀਂ ਸੁਣਦਾ, ਤੂੰ ਇਨਸਾਨ ਜੋ
ਹੋਇਆ, ਤੂੰ ਮਾਸ਼ਾਅੱਲਾ ਸਾਹਿਬ ਕੁਰਾਨ ਜੋ ਹੋਇਆ। ਲੇਕਿਨ ਅਗਲੀ ਗੱਲ ਸੁਣਨਾ, ਮੁਸਕਰਾਨ ਤੋਂ ਬਾਅਦ ਹਜ਼ਰਤ ਸੁਲੇਮਾਨ ਕੀ ਆਂਦੇ ਨੇ, ਰੱਬੇ ਔਜ਼ਿਰਨੀ ਅਨ ਅਸ਼ਕੁਰਾ ਨਿਅਮਤਕ ਅਲਤੀ ਅਨਾਮਤਾ ਅਲਈਆ ਵਾ ਅਲਾ ਵਾਲਿਦਈਆ ਵਾ ਅਨ ਅਮਲਾ ਸਾਲਿਹਾਂ ਤਰਜ਼ਾ ਵਾ ਅਦਖਿਲਨੀ ਬਿਰਹਿਮਤਿਕਾ ਫੀ ਇਬਾਦਿਕਾ ਸਾਲਿਹੀਨ। ਰੁਤਬਾ ਮਿਲੇ, ਜਵਾਨੀ ਮਿਲੇ, ਸਿਹਤ ਮਿਲੇ, ਸ਼ਾਨ ਮਿਲੇ, ਅੱਲਾ ਨੇ ਮਜ਼ਦੂਰ ਨਹੀਂ ਉਹ ਕੀਤਾ, ਮੁਹਤਾਜ ਨਹੀਂ ਉਹ ਕੀਤਾ, ਸੋਹਣਾ ਖਾਣਾ, ਸੋਹਣਾ ਬਹਿਣਾ, ਜਿੱਥੇ ਦਿਲ ਹੀ ਜਾਂਦਾ, ਜਿੰਝ ਮਰਜ਼ੀ ਆਉਣਾ। ਫਿਰ ਕਿਆ ਕਰ, ਰੱਬੇ ਔਜ਼ੇ ਨੀ, ਐ ਮੇਰੇ ਅੱਲਾ ਮੈਨੂੰ ਤੋਫੀਕਾਂ ਅਦਾ ਕਰਦੇ, ਮੈਂ ਤੇਰਾ ਸ਼ੁਕਰ ਅਦਾ ਕਰਾਂ, ਜਿਹੜੀਆਂ ਨੇਮਤਾਂ ਤੂੰ ਮੇਰੇ 'ਤੇ ਕੀਤੀਆਂ ਨੇ, ਜਿਹੜੀਆਂ ਨੇਮਤਾਂ ਤੂੰ ਮੇਰੇ ਮਾਂ ਬਾਪ 'ਤੇ ਕੀਤੀਆਂ ਨੇ, ਵਾ ਅਨ ਆਮਲ ਸਾਲਿਹਾਂ ਤਰਜ਼ਾ, ਅੱਲਾ ਮੈਨੂੰ ਐਸੇ ਅਮਾਲ ਕਰਨ ਦੀ ਤੋਫੀਕ ਦੇ ਦੇ, ਮੈਂ ਅਮਾਲ ਕਰਾਂ, ਤੂੰ ਅਰਸ਼ੇ ਬਰੀ 'ਤੇ ਰਾਜ਼ੀ ਹੋ ਜਾਏ, ਵਾ ਅਦਖਿਲਨੀ ਬਿਰਹਿਮਤਿ ਕਫੀ ਇਬਾਦਿਕਾ ਸਾਲਿਹੀਨ। ਅੱਲਾ ਮੈਨੂੰ ਆਪਣੀ ਰਹਿਮਤ ਦੇ ਨਾਲ ਆਪਣੇ ਨੇਕ ਬੰਦਿਆਂ ਅੰਦਰ ਸ਼ਾਮਲ ਫਰਮਾ ਦੇ। ਯਾਰ ਕਦੀ ਮੈਨੂੰ ਨਹੀਂ ਇਹ ਫਿਕਰ ਆਈ, ਮੇਰੇ ਵੇਖਿਓ, ਨਬੀ ਸੁਲੇਮਾਨ ਏ, ਨਾਤਾ ਧੋਤਾ ਨਬੀ ਏ, ਅੱਲਾ ਦੀਆਂ ਕਰਮ ਨਵਾਜ਼ੀਆਂ ਦੀ ਇੰਤਹਾ ਏ। ਇੱਧਰ ਵੇਖਣਾ, ਧਿਆਨ ਦੇਣੇ, ਅੱਲਾ ਤਾਲਾ ਮੈਨੂੰ ਸ਼ੁਕਰ ਗੁਜ਼ਾਰ ਬਣਾ ਦੇ। ਜਿੱਦਣ ਤੇਰੇ ਅੰਦਰੋਂ ਇਹ ਆਵਾਜ਼ ਨਿਕਲੀ ਨਾ, ਅੱਲਾ ਮੈਨੂੰ ਸ਼ੁਕਰ ਗੁਜ਼ਾਰ ਬਣਾ ਦੇ, ਆ ਤੇਰੇ ਅੰਦਰ ਦੀਆਂ ਸ਼ਰਾਰਤਾਂ ਦਾ ਜਿਹੜਾ ਬੁੱਤ ਹੈ ਨਾ, ਔਰ ਤੇਰੇ ਅੰਦਰ ਜਿਹੜਾ ਸ਼ਰਾਰਤੀ ਜਿੰਨ ਬੈਠਾ, ਇਹ ਉਦਣ ਹੀ ਮਰ ਜਾਣਾ ਜਿੱਦਣ ਤੇਰੇ ਅੰਦਰੋਂ ਸ਼ੁਕਰ ਦੀ ਆਵਾਜ਼ ਨਿਕਲੀ, ਅੱਲਾ ਮੈਨੂੰ ਸ਼ੁਕਰ ਗੁਜ਼ਾਰ ਬਣਾ, ਮੇਰੇ ਵਾਲਦਿਆਂ ਤੇ ਜਿਹੜੇ ਤੂੰ ਅਹਿਸਾਨ ਕੀਤੇ ਨੇ, ਅਗਰ ਉਹਨਾਂ ਕੋਲੋਂ ਵੀ ਕਮੀ ਕੁਤਾਈ ਰਹਿ ਗਈ, ਅੱਲਾ ਪਾਕ ਮੈਨੂੰ ਉਹਦਾ ਵੀ ਸ਼ੁਕਰ ਅਦਾ ਕਰਨ ਦੀ ਤੌਫੀਕ ਅਤਾ ਫਰਮਾ। ਅੱਛਾ, ਨਬੀ ਸੁਲੇਮਾਨ ਕਰਦੇ ਹੀ ਨੇ ਇਹ ਕਮਲ ਨੇ, ਅਤੇ ਫਿਰ ਵੀ ਆਉਂਦੇ ਨੇ ਅਨ ਆਮ ਅੱਲਾ ਸਾਲਿਹਾਂ ਤਰਜ਼ਾ, ਅੱਲਾ ਮੈਨੂੰ ਇਹੋ ਜਿਹੇ ਅਮਲਾਂ ਦੀ ਤੋਫੀਕ ਦੇ ਦੇ, ਮੈਂ ਅਮਲ ਕਰੀ ਜਾਵਾਂ, ਤੂੰ ਆਪਣੀ ਰਜ਼ਾ ਦੇ ਸਾਰੇ ਖਜ਼ਾਨੇ ਹੀ ਦੇਈ ਜਾਵੇਂ। ਅਤੇ ਅਸੀਂ ਜਿਹੜੇ ਅਮਲ ਕਰਨੇ ਆ, ਆਪੇ ਹੀ ਵੇਖ ਲੈ, ਮੋਬਾਈਲ 'ਤੇ 38-38 ਲਾਕ ਲਾਈ, ਜਿਹੜੇ ਕਾਲੇ ਕਰਤੂਤ ਨਹੀਂ ਆਪੇ ਹੀ ਵੇਖ ਲੈ। ਅਸੀਂ ਕਿਹੜੇ ਅਮਲ ਕਰਨੇ ਆ, ਪਿਓ ਨੇ ਰਵੱਈਆ ਚੈੱਕ ਕਰ ਲੈ, ਮਾਂ ਨੇ ਰਵੱਈਆ ਚੈੱਕ ਕਰ ਲੈ, ਜਿਹੜੀ ਬੀਵੀ ਕਲਮੇ ਦੇ ਨਾਂ 'ਤੇ ਹਾਸਲ ਕੀਤੀ ਹੈ, ਜੋ ਕਰਦਾ ਫਿਰਨੇ ਚੈੱਕ ਕਰ ਲੈ। ਬਾਂਡਾ ਨੰਬਰਾਂ ਦੀ ਕਮਾਈ, ਸੂਦ ਤੇ ਲੈਣ ਦੇਣ, ਇੰਸ਼ੋਰੈਂਸ, ਬੀਮਾ ਪਾਲਿਸੀ, ਜਿਹੜੇ ਕਾਲੇ ਕਰਤੂਤ ਨੇ ਆਪੇ ਚੈੱਕ ਕਰ ਲੈ, ਰੱਬ ਦੀ ਰਜ਼ਾ ਵਾਲੇ ਨੇ ਕਿ ਰੱਬ ਦੇ ਖਜ਼ਮ ਵਾਲੇ ਨੇ। ਰੱਬ ਸ਼ਾਨ ਦਵੇ, ਮੁਕਾਮ ਦਵੇ, ਰੁਤਬਾ ਦਵੇ, ਜਵਾਨੀ ਦਵੇ, ਠਾਠ ਬਾਣ ਦਵੇ, ਇੱਜ਼ਤ ਮੁਕਾਮ ਮਰਤਬਾ ਦਵੇ, ਸ਼ੁਕਰ ਦੇ ਜਜ਼ਬਾਤ ਪੈਦਾ ਕਰ, ਤੌਫੀਕ ਮੰਗਿਆ ਕਰ ਨੇਕ ਅਮਾਲ ਦੀ। ਅੱਛਾ, ਮੈਂ ਹੈਰਾਨ ਹੋ ਗਿਆ ਕੁਰਾਨ ਪੜ੍ਹ ਕੇ, ਹਜ਼ਰਤ ਸੁਲੇਮਾਨ ਪਤਾ ਕੀ ਆਉਂਦੇ ਨੇ, ਵਅਦਖਿਲਨੀ ਬਿਰਹਿਮਤਿਕਾ ਫੀ ਇਬਾਦਿਕਾ ਸਾਲਿਹੀਨ। ਅੱਲਾ ਮੇਰੇ ਅਮਲ ਤੇ ਇਹੋ ਜਿਹੇ ਨਹੀਂ, ਅੱਲਾ ਦਾ ਵਾਸਤਾ ਹੀ ਉਹ ਤਰਜਮਾ ਧਿਆਨ ਨਾ ਸੁਣੀ, ਅੱਲਾ ਮੇਰੇ ਅਮਲ 'ਤੇ ਇਹੋ ਜਿਹੇ ਨਹੀਂ ਕਿ ਮੈਂ ਨੇਕਾਂ 'ਚ ਸ਼ਾਮਲ ਹੋ ਜਾਵਾਂ, ਪਰ ਅੱਲਾ ਤੇਰੀ ਰਹਿਮਤ ਬੜੀ ਵਸੀਹ ਹੈ, ਅੱਲਾ ਆਪਣੀ ਰਹਿਮਤ ਦੇ ਨਾਲ ਮੈਨੂੰ ਆਪਣੇ ਨੇਕ ਬੰਦਿਆਂ ਦੀ ਸਾਫ਼ ਅੰਦਰ ਸ਼ਾਮਲ ਫਰਮਾ। ਬੜਾ ਸ਼ੌਕ ਹੀ ਤਾਂ ਬੜੇ ਦਿਲ
ਦਾ ਜ਼ੌਕ ਹੀ, ਮੈਨੂੰ ਆਪਣੀ ਰਹਿਮਤ ਦੇ ਨਾਲ ਨੇਕ ਲੋਕਾਂ ਦੀ ਸਾਫ਼ ਅੰਦਰ ਸ਼ਾਮਲ ਫਰਮਾ ਦੇ। ਲਓ ਜੀ, ਇਹ ਗਾਲਬਨ ਸੂਰਹ ਨਮਲ ਦੀ 19 ਨੰਬਰ ਆਇਤ ਹੈ। ਕਿੰਨੇ ਨੰਬਰ ਆਇਤ? ਇਹਨੂੰ ਨਫਲਾਂ ਅੰਦਰ ਪੜਿਆ ਕਰ, ਸੁਨਤਾਂ ਅੰਦਰ ਪੜਿਆ ਕਰ, ਤਹਜੁਦ ਅੰਦਰ ਪੜਿਆ ਕਰ, ਕਿਆਮ ਅੰਦਰ ਪੜਿਆ ਕਰ। ਰੱਬੇ ਔਜ਼ੇਨੀ ਅਨ ਅਸ਼ਕੁਰ ਨਿਮਤ ਅਲਤੀ ਅਨਾਮਤਾ ਅਲਈਆ ਵਅਲਾ ਵਾਲਿਦਈਆ ਵਅਨ ਅਮਲਾ ਸਾਲਿਹਾਂ ਤਰਜ਼ਾ ਵਅਦਖਿਲਨੀ ਬਿਰਹਿਮਤਿਕਾ ਫੀ ਇਬਾਦਿਕਾ ਸਾਲਿਹੀਨ। ਰੁਤਬਾ ਮਿਲੇ, ਸ਼ਾਨ ਮਿਲੇ, ਪਾਉ ਅੱਖਾਂ ਨਾ ਫੇਰਿਆ ਕਰ ਯਾਰ, ਤੇਰੇ ਕੋਲ ਪੈਸਾ ਕੀ ਆ ਗਿਆ, ਗੱਡੀ ਕੀ ਆ ਗਈ ਹੈ, ਤੈਨੂੰ ਗੱਲ ਕਰਨ ਦਾ ਵੱਲ ਕੀ ਆ ਗਿਆ, ਤੇਰੇ ਬਾਜ਼ੂਆਂ 'ਚ ਜ਼ੋਰ ਕੀ ਆ ਗਿਆ, ਹੁਣ ਤੂੰ ਵੱਡੇ ਨੂੰ ਵੱਡਾ ਹੀ ਨਹੀਂ ਸਮਝਦਾ। ਸਾਰਿਆਂ ਨੂੰ ਅੱਗੇ ਲਾਇਆ ਹੀ, ਇੱਧਰ ਵੇਖ ਨਬੀ ਸੁਲੇਮਾਨ ਅਲੈਹਿਸ ਸਲਾਮ ਨੇ ਰੁਤਬਾ ਪਾਇਆ ਤੇ ਕਿਰਦਾਰ ਕੀ ਹੈ, ਤਵੱਜੋ ਰੱਖਣਾ। ਮਲਕਾ ਬਲਕੀਸ, ਮਲਕਾ ਸਭਾ, ਮੁਫਸਰੀ ਨੇ ਇਹਦਾ ਨਾਮ ਬਲਕੀਸ ਲਿਖਿਆ, ਕੁਰਾਨ ਉਹਦੀ ਸੰਦਰ ਨਹੀਂ। ਇੰਜ ਉਹਦਾ ਤਖ਼ਤ ਆ ਗਿਆ, ਮੇਰੇ ਵੱਲ ਵੇਖਿਓ, ਇੰਜ ਉਹਦਾ ਤਖ਼ਤ ਆ ਗਿਆ ਤੇ ਮੈਂ ਪੜ੍ਹਿਆ ਫਲੰਮਾ ਰਆਹ ਮੁਸਤਕਰਨ ਇੰਦਾ। ਜਦੋਂ ਹਜ਼ਰਤ ਸੁਲੇਮਾਨ ਨੇ ਵੇਖਿਆ ਕਿ ਮਲਕਾ ਬਲਕੀਸ ਦਾ ਤਖ਼ਤ ਸਾਹਮਣੇ ਆ ਗਿਆ, ਕਿਰਦਾਰ ਵੇਖ ਲੈ, ਰੱਬ ਨੇ ਸ਼ਾਨ ਦਿੱਤਾ ਹੀ ਨਾ, ਤੇ ਆ ਬੋਲ ਬੋਲ ਕੀ ਆਖਿਆ। ਕਾਲਾ ਹਾਜ਼ਾ ਮਿਨ ਫਜ਼ਲ ਰੱਬੀ ਲੇ ਜਬ ਲੋਵਨੀ ਅਸ਼ਕੁਰ ਅਮ ਅਕਫੁਰ ਵਮਨ ਸ਼ਕਰ ਫਇਨਮਾ ਯਸ਼ਕੁਰ ਲਿਨਫਸਿਹੀ ਵਮਨ ਕਫਰ ਫਇਨ ਰੱਬੀ ਗਨੀਯੁਨ ਕਰੀਮ। ਕਾਲਾ ਹਾਜ਼ਾ ਮਿਨ ਫਜ਼ਲ ਰੱਬੀ, ਇਹ ਜਿਹੜਾ ਮਲਕਾ ਬਲਕੀਸ ਦਾ ਤਖ਼ਤ ਮੇਰੇ ਕੋਲ ਲਮਹਾ ਪਰ ਦੇ ਅੰਦਰ ਆ ਗਿਆ, ਇਹਦੇ ਅੰਦਰ ਲਿਆਉਣ ਵਾਲੇ ਦਾ ਵੀ ਕਮਾਲ ਕੋਈ ਨਹੀਂ, ਮੇਰਾ ਵੀ ਕਮਾਲ ਕੋਈ ਨਹੀਂ, ਸਾਡੇ ਤੇ ਸਾਡੇ ਰੱਬ ਦਾ ਫਜ਼ਲ ਹੋ ਗਿਆ ਹੈ। ਉਹ ਕੋਠੀ ਵਾਲਿਆ, ਉਹ ਗੱਡੀ ਵਾਲਿਆ, ਉਹ ਪੈਸੇ ਵਾਲਿਆ, ਉਹ ਜਵਾਨੀ ਵਾਲਿਆ, ਉਹ ਸੋਹਣੇ ਇਲਮ ਵਾਲਿਆ ਤੇ ਸੋਹਣੀ ਆਵਾਜ਼ ਵਾਲਿਆ, ਰੱਬ ਦੀ ਜ਼ਮੀਨ ਤੇ ਫਸਾਦ ਨਾ ਕਰਿਆ ਕਰ, ਮੈਂ ਕਰਕੇ ਨਾ ਆਖਿਆ ਕਰ, ਸਾਰਿਆਂ ਨਾਲ ਹੀ 751 ਹੀ, ਕਿਸੇ ਨਾਲ ਤੇ ਆਪਣੇ ਦਿਲ ਦੀ ਨਰਮੀ ਦੇ ਮਾਮਲੇ ਕਰ ਲੈ, ਕਿਸੇ ਨਾਲ ਤੇ ਆਪਣਾ ਰਵੱਈਆ ਸਿੱਧਾ ਕਰ ਲੈ, ਇਹ ਹੀ ਕਿਆ ਕਰ। ਹਾਜ਼ਾ ਮਿਨ ਫਜ਼ਲ ਰੱਬੀ, ਬੜੇ ਲੋਕ ਜਿਹੜੇ ਨੇ ਦਰ ਦਰ ਦੀਆਂ ਠੱਕਰਾਂ ਖਾ ਰਹੇ ਨੇ, ਇਹ ਜਿਹੜਾ ਸ਼ਾਨ ਮੁਕਾਮ ਤੇ ਆਸਾਨੀ ਤੇ ਆਸਾਇਸ਼ ਮਿਲ ਗਈ ਹੈ, ਮੇਰੇ ਤੇ ਮੇਰੇ ਅੱਲਾ ਨੇ ਆਪਣਾ ਫਜ਼ਲ ਫਰਮਾ ਦਿੱਤਾ ਹੈ। ਇਹ ਫਜ਼ਲ ਜ਼ੁਲ ਜਲਾਲ ਮੀਆਂ, ਇਹ ਫਜ਼ਲ ਜ਼ੁਲ ਜਲਾ, ਗੱਡੀ ਵੇਖੇ, ਕੋਠੀ ਵੇਖੇ, ਘਰ ਬਾਰ ਵੇਖੇ, ਜਵਾਨੀ ਵੇਖੇ, ਪੈਸਾ ਰੁਪਇਆ ਵੇਖੇ, ਇਹ ਹੀ ਗੁਣਗੁਣਾਉਂਦਾ ਰਿਹਾ ਕਰ। ਫਜ਼ਲ ਜ਼ੁਲ ਜਲਾਲ ਮੀਆਂ, ਦਿੱਤੀ ਅਕਲ ਤੇ ਸੋਚ ਖਿਆਲ ਮੀਆਂ, ਨਹੀਂ ਮੇਰਾ ਕੋਈ ਕਮਾਲ ਮੀਆਂ, ਇਹ ਰਹਿਮਤ ਪਾਈ ਅੱਲਾ ਦੀ, ਕਰ ਸਿਫਤ ਸੁਣਾਈ ਅੱਲਾ ਦੀ, ਕਰ ਸ਼ੁਕਰ ਅਦਾਈ ਅੱਲਾ ਦੀ। ਉਹ ਮਨ ਮਰਜ਼ੀ ਦਾ ਮਾਲਕ ਜੇ, ਉਹ ਮਾਲਕ ਆਪ ਸਲਾਮਾਂ ਦਾ, ਉਹ ਮਾਲਕ ਆਪ ਸਲਾਮਾਂ ਦਾ, ਨੀ ਬੱਦਲ ਗਰਜ ਹਵਾਵਾਂ ਦਾ, ਦੁੱਖ ਦਰਦਾਂ ਖੁਸ਼ੀਆਂ ਛਾਵਾਂ ਦਾ, ਹੈ ਪਾਈ ਪਾਈ ਅੱਲਾ ਦੀ, ਕਰ ਸਿਫਤ ਸੁਣਾਈ ਅੱਲਾ ਦੀ, ਕਰ ਸ਼ੁਕਰ ਅਦਾਈ ਅੱਲਾ ਦੀ।
ਰੱਬ ਅੱਗੇ ਸਜਦੇ ਪੈ ਪੈ ਕੇ, ਰੱਬ ਅੱਗੇ ਸਜਦੇ ਪੈ ਪੈ ਕੇ, ਅਲਹਮਦੁਲਿਲਾ ਕਹਿ ਕਹਿ ਕੇ, ਕਰ ਸਿਫਤ ਸੁਣਾਈ ਅੱਲਾ ਦੀ, ਕਰ ਸ਼ੁਕਰ ਅਦਾਈ ਅੱਲਾ ਦੀ। ਯਾਰ ਅੱਲਾ ਨੇ ਤੈਨੂੰ ਜਿੰਨੀ ਸਿਹਤ ਦਿੱਤੀ ਹੈ ਨਾ, ਇੱਧਰ ਵੇ ਅਲਾਈਟ 'ਚ ਨਹੀਂ ਰਾਤ ਰਿਹਾ, ਸੈਂਟਰ ਜੇਲ੍ਹ ਨਹੀਂ ਰਿਹਾ, ਮੱਕੂਵਾੜੇ ਨਹੀਂ ਰਿਹਾ, ਤੈਨੂੰ ਜੇਲ੍ਹਾਂ ਦੇ ਧੱਕਿਆਂ ਤੋਂ ਬਚਾਇਆ, ਹਸਪਤਾਲਾਂ ਦੇ ਧੱਕਿਆਂ ਤੋਂ ਬਚਾਇਆ। ਓਏ ਭਰਾਵਾ, ਤੇਰੀ ਤਾਂ ਅਲਹਮਦੁਲਿਲਾ ਕਹਿ ਕੇ ਹੀ ਜ਼ੁਬਾਨ ਨਹੀਂ ਥੱਕਣੀ ਚਾਹੀਦੀ। ਤੂੰ ਗਾਲਾਂ ਕੱਢਦਾ ਫਿਰਨਾ, ਤੂੰ ਆਪਣੀਆਂ ਦੀਆਂ ਚੁਗਲੀਆਂ ਕਰਦਾ ਫਿਰਨਾ, ਆਪਣਿਆਂ ਦੇ ਪਿੱਛੇ ਹੀ ਪੈ ਗਏ। ਅੱਜ ਦੇ ਖੁਤਬਾ ਜੁਮਾਤੁਲ ਮੁਬਾਰਕਾ ਅੰਦਰ ਜੋ ਮੈਂ ਪੈਗਾਮ ਦੇਣਾ ਚਾਹੁੰਦਾ, ਫਿਕਰ ਦੇਣੀ ਚਾਹੁੰਦਾ, ਅੱਲਾ ਰੁਤਬਾ ਦੇਵੇ ਨਾ। ਅਲਹਮਦੁਲਿਲਾਹਿ ਅਲਲਜ਼ੀ ਫਜ਼ਲਨਾ ਅਲਾ ਕਸੀਰਿਨ ਮਿਨ ਇਬਾਦਿਹਿ ਅਲ-ਮੁਮਿਨੀਨ, ਪੜਿਆ ਕਰ। ਰੱਬੇ ਔਜ਼ਨੀ ਅਸ਼ਕੁਰਾ ਨਿਅਮਤਕ ਅਲਲਤੀ ਅਨਮਤ ਅਲੈਯਾ ਵਅਲਾ ਵਾਲਿਦੈਯਾ ਵਅਨਾਮਲ ਸਾਲਿਹਾਂ ਤਰਦਾ ਵਅਦਖਲਨੀ ਬਿਰਹਮਤਿਕਾ ਫੀ ਇਬਾਦਿਕਾ ਸਾਲਿਹੀਨ, ਪੜਿਆ ਕਰ। ਹਾਜ਼ਾ ਮਿਨ ਫਜ਼ਲਿ ਰੱਬੀ, ਉਹ ਲੋਗੋ ਮੇਰੇ ਅੱਲਾ ਨੇ ਮੈਨੂੰ ਦੇ ਕੇ ਅਸਮਾਇਆ, ਰੱਬ ਕੇ ਰੋਇਆ ਕਰ, ਫੂਕ ਫੂਕ ਕੇ ਪੈਰ ਰੱਖਿਆ ਕਰ। ਇਹ ਹਜ਼ਰਤ ਸੁਲੇਮਾਨ, ਆਓ ਸੈਯਦ ਨਾ ਯੂਸਫ ਦੀਆਂ ਇੱਕ ਦੋ ਗੱਲਾਂ ਸੁਣਾਵਾਂ। ਹਜ਼ਰਤ ਯੂਸਫ ਨੂੰ ਵੀ ਅੱਲਾ ਪਾਕ ਨੇ ਸ਼ਾਨ ਦਿੱਤਾ, ਮੁਕਾਮ ਦਿੱਤਾ, ਰੁਤਬਾ ਦਿੱਤਾ, ਇੱਜ਼ਤ ਦਿੱਤੀ ਹੈ। ਮੈਂ ਇਸੇ ਲਈ ਆਖਿਆ ਨਾ, ਕੁਰਾਨੀ ਵਾਕਿਆਤ ਦਾ ਸਟਾਈਲ ਕਹਾਣੀਆਂ ਵਾਲਾ ਨਹੀਂ। ਨਾ ਤੁਹਾਨੂੰ ਕੋਈ ਵਾਕਿਆ ਸੁਣਾਉਣਾ ਮਕਸਦ ਹੈ, ਨਾ ਕੋਈ ਸੁਣਨਾ ਮਕਸਦ ਹੈ, ਤਰਬੀਅਤੀ ਉਸੂਲ ਅੱਲਾ ਨੇ ਬਿਆਨ ਕੀਤੇ। ਹਜ਼ਰਤ ਯੂਸਫ ਅਲੈਹਿਸ ਸਲਾਮ ਜੇਲ੍ਹ ਅੰਦਰ, ਤੇ ਕੈਦੀਆਂ ਨੂੰ ਪਤਾ ਕੀ ਆਉਂਦੇ ਨੇ, ਵਤਬਾ ਤੋ ਮਿਲਤ ਆਬਾਈ ਇਬਰਾਹੀਮ ਇਸਹਾਕ ਯਾਕੂਬ ਮਾ ਕਾਨ ਲਨਾ ਅਨ ਨੁਸ਼ਰਿਕ ਬਿੱਲਾਹਿ ਮਿਨ ਸ਼ਈ ਜ਼ਾਲਿਕ ਮਿਨ ਫਜ਼ਲਿਲਾਹਿ ਅਲੈਨਾ ਵਅਲਨ ਨਾਸ ਵਲਾਕਿਨ ਅਕਸਰਨ ਨਾਸ ਲਾ ਯਸ਼ਕੁਰੂ। ਕੈਦੀਆਂ ਨੂੰ ਆਉਂਦੇ ਨੇ, ਆ ਜਿਹੜਾ ਸਾਡੇ ਕੋਲ ਅਕੀਦਾ ਧੋਈ ਦੇ ਨਾ, ਮੇਰੇ ਤੇ ਮੇਰੇ ਅਬਾਓ ਅਜਦਾਦ ਹਜ਼ਰਤ ਇਬਰਾਹੀਮ ਅਤੇ ਇਸਹਾਕ ਅਤੇ ਯਾਕੂਬ ਅਤੇ ਅੱਲਾ ਪਾਕ ਨੇ ਆਪਣਾ ਫਜ਼ਲ ਕਰ ਦਿੱਤਾ ਹੈ। ਦਰ ਦਰ ਤੇ ਜਾ ਕੇ ਦੁਰ ਦੁਰ ਨਹੀਂ ਨਾ ਕਰਵਾਉਂਦਾ, ਦਰ ਦਰ ਦੀਆਂ ਠੋਕਰਾਂ ਨਹੀਂ ਖਾਂਦਾ, ਇਸ ਢੇਰੀ ਤੇ ਇਸ ਢੇਰੀ ਤੇ ਜੇ ਅੱਲਾ ਪਾਕ ਨੇ ਤੈਨੂੰ ਇਹਨਾਂ ਮਲੰਗਾਂ ਅਤੇ ਬਾਬਿਆਂ ਦੇ ਧੱਕਿਆਂ ਤੋਂ ਬਚਾਇਆ, ਤੇ ਫਿਰ ਅਕੀਦਾ ਧੋਈ ਅਤੇ ਅੱਲਾ ਦਾ ਸ਼ੁਕਰ ਅਦਾ ਕਰ। ਅੱਲਾ ਪਾਕ ਨੇ ਮੇਰੇ ਤੇ ਫਜ਼ਲ ਕਰ ਦਿੱਤਾ। ਪਰ ਹਜ਼ਰਤ ਯੂਸਫ ਫਰਮਾਉਂਦੇ ਨੇ, ਲੋਕ ਅੱਲਾ ਦੇ ਫਜ਼ਲ ਦਾ ਮੁੱਲ ਪਾ ਕੇ ਤੇ ਅੱਲਾ ਦਾ ਸ਼ੁਕਰ ਅਦਾ ਕਰਦੇ, ਸ਼ਾਨ ਮੁਕਾਮ ਮਿਲੇ ਤੇ ਕਰਦਾਰ ਪਤਾ ਕੀ ਹੋਣਾ ਚਾਹੀਦਾ। ਕਾਲਾ ਮਾਜ਼ਲਾਹੁ ਰੱਬੀ ਅਹਸਨ ਮਸਵਾਯਾ ਇਨਹੁ ਲਾ ਯੁਫਲਿਹੁ ਜ਼ਾਲਿਮੂ। ਮਾੜੀ ਜੀ ਕਾਲ ਆਉਂਦੀ ਹੈ ਭੈੜੀ ਤੇ ਗੰਦੀ, ਫੌਰਨ ਨੱਸ ਪੈਂਦਾ। ਜੇ ਰੱਬ ਨੇ ਤੈਨੂੰ ਜ਼ੋਰ ਦਿੱਤਾ ਹੈ, ਜਵਾਨੀ ਦਿੱਤੀ ਹੈ, ਸ਼ਾਨ ਦਿੱਤਾ ਹੈ, ਕਾਲਾ ਮਾਜ਼ ਅੱਲਾ ਬੁਰਾਈ ਦੀ ਦਾਵਤ ਆਏ ਤੇ ਕਿਆ ਕਰ, ਕਾਲਾ ਮਾਜ਼ ਅੱਲਾ ਐ ਰੁਤਬਾ ਪਾ ਕੇ ਅੱਲਾ ਵਾਲਿਆਂ ਦਾ ਕਿਰਦਾਰ। ਤੇ ਜਦੋਂ ਅੱਲਾ ਪਾਕ ਨੇ ਬੁਰਾਈ ਤੋਂ ਬਚਾਇਆ, ਫਰਮਾਇਆ ਵਮਾ ਉਬਰਿਉ ਨਫਸੀ ਇਨ ਨਫਸਲ ਅਮਾਰਤੁਮ ਬਿਸੂ ਇਲਾ ਮਾ ਰਹਿਮ ਰੱਬੀ ਇਨ ਰੱਬੀ ਗਫੂਰ ਰਹੀਮ। ਉਹਨੇ ਬੜੇ ਵਲ ਫਰੇਬ ਕੀਤੇ ਮੇਰੇ ਵੱਲ ਵੇਖਿਓ,
ਤੇ ਹਜ਼ਰਤ ਯੂਸਫ ਅਲੈਹਿਸ ਸਲਾਮ ਨੇ ਐਂਡ ਤੇ ਪਤਾ ਕੀ ਕਿਹਾ, ਇਹਦੇ ਵਾਰ ਤੋਂ ਜਿਹੜਾ ਬਚਣ ਦਾ ਮਾਮਲਾ ਹੋਇਆ ਨਾ, ਮੈਂ ਨਹੀਂ ਬਚਿਆ, ਮੇਰੇ ਰੱਬ ਨੇ ਮੇਰੇ 'ਤੇ ਰਹਿਮ ਕਰਕੇ ਅਤੇ ਖਾਸ ਰਹਿਮਤ ਨਾਲ ਬਚਾਇਆ। ਬਰ ਵਕਤ ਜੁਮਾ ਪੜ੍ਹਦੇ ਹੋ, ਬਰ ਵਕਤ ਨਮਾਜ਼ਾਂ ਪੜ੍ਹਦੇ ਹੋ, ਅੱਖ 'ਚ ਸ਼ਰਮੋ ਹਈਆ ਆਏ ਤਨਹਾਈ ਪਾ ਕੇ, ਕਿਆ ਕਰ ਮੇਰੇ ਰੱਬ ਨੇ ਮੇਰੇ 'ਤੇ ਰਹਿਮ ਕਰ ਦਿੱਤਾ, ਤੇ ਬੜਿਆਂ ਬੜਿਆਂ 'ਤੇ ਰੱਬ ਦਾ ਰਹਿਮ ਨਹੀਂ ਜੇ, ਮਾਇੰਡ ਨਾ ਕਰਨਾ, ਮਾਇੰਡ ਨਾ ਕਰਨਾ। ਹਰ ਦੂਸਰਾ ਨੌਜਵਾਨ ਬੇਗੈਰਤ ਅਤੇ ਬੇਹਯਾ, ਜ਼ਬਾਨ ਗੰਦੀ, ਨਿਗਾਹ ਗੰਦੀ, ਦਿਲ ਗੰਦਾ, ਇਨਸਾਨੀ ਵਜੂਦ ਕਾਹਦਾ, ਗਟਰ ਨਾਲੋਂ ਜ਼ਿਆਦਾ ਬਦਬੂ, ਕਬਾੜਖਾਨਾ, ਸ਼ੈਤਾਨੀ ਗੁਦਾਮ, ਗੰਦੀਆਂ ਜੁਗਤਾਂ ਸੁਣਨੀਆਂ, ਗੰਦੀਆਂ ਜੁਗਤਾਂ ਬਕਣੀਆਂ, ਤੇ ਗੰਦੀਆਂ ਜੁਗਤਾਂ ਨੂੰ ਆਪਣੇ ਦਿਮਾਗ ਅੰਦਰ ਛਗਾ ਦੇਣੀ, ਇਹ ਪੁੱਤਰ ਤੇਰਾ ਕੰਮ ਨਹੀਂ, ਪਟਰੀਓਂ ਲੈ ਗਏ, ਭੁਲੇਖੇ 'ਚ ਪੈ ਗਏ, ਇਹ ਜ਼ੋਰ ਸਦਾ ਨਹੀਂ ਹੂੰ। ਅੱਜ ਜੇ ਅੱਲਾਹ ਪਾਕ ਨੇ ਤੈਨੂੰ ਮੌਕਾ ਦਿੱਤਾ ਹੀ ਨਾ, ਰਿਕਾਰਡਿੰਗ ਹੋ ਰਹੀ ਹੋ ਪੂਰੀ, ਜਿਵੇਂ ਮੇਰੇ ਖੁਤਬੇ ਦੀ ਰਿਕਾਰਡਿੰਗ ਹੋ ਰਹੀ ਹੋ ਨਾ, ਰੱਬਾਨੀ ਰਿਕਾਰਡਿੰਗ ਵੀ ਹੋ ਰਹੀ ਹੋ, ਹਰ ਸ਼ੈ ਬੱਚਿਆ ਤੇਰੀ ਲਿਖੀ ਜਾ ਰਹੀ ਹੋ। ਤਵੱਜੋ ਰੱਖਣਾ, ਉਹ ਜਦੋਂ ਭਰਾ ਆ ਗਏ ਨਾ, ਹਾਲਾਂ ਉਹਨਾਂ ਖੂਹ 'ਚ ਸੁੱਟਿਆ, ਕਿੰਨੀ ਜ਼ਿਆਦਤੀ ਕੀਤੀ, ਪਰ ਅੱਜ ਸ਼ਾਨ ਮਿਲਿਆ ਨਾ, ਤੇ ਸਟਾਈਲ ਵੇਖਿਓ, ਸਾਡੇ ਤੇ ਇੱਥੇ ਚੋਭਾ ਲਾਉਣ ਤੋਂ ਨਹੀਂ ਬਾਅਦ ਆਉਂਦੇ, ਤਾਂਘਣੀ ਤੋਂ 15-15 ਸਾਲ ਨਹੀਂ ਬਾਅਦ ਆਉਂਦੇ, ਤੇ ਜਿਹਨਾਂ ਖੂਹ 'ਚ ਸੁੱਟਿਆ ਨਾ, ਉਹਨਾਂ ਦਾ ਸਟਾਈਲ ਵੇਖਿਓ, ਰੁਤਬਾ ਪਾ ਕੇ ਕਹਿਣ ਲੱਗੇ, ਹਲ ਅਲਿਮ ਤੁਮ ਮਾ ਫਅਲ ਤੁਮ ਬੇ ਯੂਸੁਫ ਵਾਖੀ ਇਜ਼ ਅੰਤੁਮ ਜਾਹਿਲੂਨ। ਪਤਾ ਤੁਹਾਨੂੰ, ਤੁਸੀਂ ਆਪਣੇ ਭਰਾ ਯੂਸਫ ਤੇ ਬਿਨਿਆਮੀਨ ਨਾਲ ਜੋ ਕੀਤਾ ਸੀ ਤੁਹਾਨੂੰ ਪਤਾ ਹੈ, ਯਾਦ ਹੈ, ਇਜ਼ ਅੰਤੁਮ ਜਾਹਿਲੂਨ, ਤੇ ਉਦੋਂ ਤੁਸੀਂ ਨਦਾਨ ਸੋ, ਤੁਹਾਨੂੰ ਪਤਾ ਨਹੀਂ ਸੀ ਭਰਾ ਭਰਾਵਾਂ ਨਾਲ ਇੰਜ ਨਹੀਂ ਕਰਦੇ, ਤੁਹਾਨੂੰ ਪਤਾ ਹੀ ਨਹੀਂ ਸੀ, ਉਦੋਂ ਨਦਾਨੀ ਨਾਲ ਤੁਹਾਡੇ ਕੋਲ ਵਾਧਾ ਘਾਟਾ ਹੋ ਗਿਆ, ਤੁਹਾਨੂੰ ਪਤਾ ਨਹੀਂ ਲੱਗਦਾ। ਭਰਾ ਭਰਾ ਦੀਆਂ ਖੁਸ਼ੀਆਂ ਨਹੀਂ ਖੁੰਦੇ। ਮੈਂ ਤੇ ਹਕੀਕਤ ਗੱਲ ਜੇ ਤੁਹਾਨੂੰ ਸੱਚੀ ਗੱਲ ਦੱਸਣਾ, ਚਾਰ ਭਰਾ ਹੋਣ ਨਾ, ਪੰਜ ਭਰਾ ਹੋਣ, ਤਿੰਨ ਭਰਾ ਹੋਣ, ਸੱਤ ਭਰਾ ਹੋਣ, ਹਾਜੀ ਸਾਹਿਬ ਤਵੱਜੋ ਕਰਿਓ, ਆਪਸ ਅੰਦਰ ਕਿਤੇ ਪਿਆਰ ਮੁਹੱਬਤ ਨਾ ਰਹਿਣ, ਇਹ ਕੁਰਾਨ ਮੇਰੇ ਹੱਥ ਅੰਦਰ ਜੇ, ਰੱਬ ਦੀ ਕਸਮੇ ਮਾਪੇ ਬੁੱਢੇ ਹੁੰਦੇ ਹੀ ਨਹੀਂ। ਅਲਫਾਜ਼ ਮੇਰੇ ਸਖਤ ਨੇ ਲੇਕਿਨ ਹਜ਼ਮ ਕਰ, ਬਦਬਖਤਾ ਤੇਰੇ ਰਵੱਈਏ ਨੇ ਬਾਪ ਨੂੰ ਬੁੱਢਿਆ ਕਰਤਾ। ਤੁਹਾਨੂੰ ਪਤਾ ਹੀ ਨਹੀਂ ਕਿ ਆਪਸ ਅੰਦਰ ਲੜਦੇ ਹੋ, ਤੇ ਮਾਂ ਦੀਆਂ ਰਾਤਾਂ ਕੈਸੀਆਂ, ਬਾਪ ਦੀਆਂ ਰਾਤਾਂ ਕੈਸੀਆਂ। ਇਹ ਖੁਤਬਾ ਜੁਮਾ ਕੋਈ ਫਰੈਸ਼ਮੈਂਟ ਨਹੀਂ, ਕੋਈ ਸ਼ੁਗਲ ਮੇਲਾ ਨਹੀਂ, ਤੇ ਮਨਪਸੰਦ ਮੌਲਵੀ ਆਏ, ਸ਼ੇਰ ਪੜੇ, ਹੱਥ ਸੱਜੇ ਖੱਬੇ ਖੜੇ ਕਰਾਏ, ਤੇ ਅਸੀਂ ਕਹੀਏ ਜੁਮਾ ਹੋ ਗਿਆ ਤੇ ਕਾਨਫਰੰਸ ਹੋ ਗਈ ਹੈ। ਰਵੱਈਏ ਬਦਲੋ, ਤਬੀਅਤਾਂ ਬਦਲੋ, ਮਿਜ਼ਾਜ ਬਦਲੋ। ਸੁਣੋ, ਆਏ ਨਾ ਭਰਾ, ਆਖਰੀ ਗੱਲਾਂ ਸੁਣਿਓ, ਯਾਸੀਨ ਪੜ੍ਹੀ। ਭਰਾ ਜਦੋਂ ਆਏ ਨਾ, ਖੈਰ ਉਹਨਾਂ ਪਛਾਣ ਲਿਆ ਤੇ ਕਹਿਣ ਲੱਗੇ, ਯੂਸਫ ਅਸੀਂ ਦੇ ਖੂਹ 'ਚ ਸੁੱਟਿਆ ਸੀ। ਉਹ ਜਦੋਂ ਰੁਤਬਾ ਮਿਲ ਜਾਏ ਨਾ, ਚੋਭਾਂ ਨਹੀਂ ਮਾਰੀ ਦੀਆਂ, ਤਾਨੇ ਨਹੀਂ ਮਾਰੀ ਦੇ, ਗੀਬਤਾਂ ਨਹੀਂ ਕਰੀ ਦੀਆਂ, ਤੇ ਜ਼ਲੀਲ ਨਹੀਂ ਕਰੀਦਾ, ਝੂਠਿਆਂ ਨਹੀਂ ਕਰੀਦਾ। ਸੁਣਿਆ ਜੇ, ਪਹਿਚਾਣ ਲਿਆ ਤੇ ਕਹਿਣ ਲੱਗੇ, ਯੂਸਫ ਅਸੀਂ ਦੇ ਖੂਹ 'ਚ ਸੁੱਟਿਆ ਸੀ, ਤੁਸੀਂ ਕਿੱਥੇ? ਫਰਮਾਣ ਲੱਗੇ, ਕਦ ਮਨ ਅੱਲਾਹ ਅਲੈਨਾ, ਤੁਸੀਂ ਇਹਦੇ ਸੁੱਟਿਆ ਸੀ ਪਰ ਮੇਰੇ ਤੇ ਮੇਰੇ ਅੱਲਾ ਨੇ ਅਹਿਸਾਨ ਕਰ ਦਿੱਤਾ ਹੈ। ਅੱਲਾਹ ਅਕਬਰ, ਅੱਲਾ ਨੇ ਮੇਰੇ ਤੇ ਅਹਿਸਾਨ ਕਰ ਦਿੱਤਾ। ਅੱਛਾ, ਅੱਗੇ ਆਫਜੀ
ਛੋਟੇ ਜੀ ਨੰਨੀ ਮੁੰਨੀ ਐਦ ਦੇ ਟੁਕੜੇ 'ਚ ਹਜ਼ਰਤ ਯੂਸਫ ਨੇ ਪੂਰਾ ਦੀਨ ਇਸਲਾਮ ਹੀ ਬਿਆਨ ਕਰ ਦਿੱਤਾ। ਫਰਮਾਇਆ ਵਾ ਮੈਂ ਯੱਦਾ ਕੇ ਵਾ ਯਸਬਿਰ, ਪਹਿਲੇ ਜੁਮਲੇ ਦਾ ਤਲਕ ਜਵਾਨਾਂ ਨਾਲ, ਦੂਜੇ ਦਾ ਤਲਕ ਬਾਬਿਆਂ ਨਾਲ। ਵਾ ਮੈਂ ਯੱਦਾ ਕੇ ਵਾ ਯਸਬਿਰ, ਰੱਬ ਨੇ ਮੇਰੇ 'ਤੇ ਕੀਤਾ ਇਹਸਾਨ ਅਤੇ ਉਸੂਲ ਦੇਣ ਲੱਗਾ। ਵਾ ਮੈਂ ਯੱਦਾ ਕੇ, ਜਿਹੜਾ ਬੁਰਾਈ ਤੋਂ ਬਚ ਜਾਏ। ਵਾ ਯਸਬਿਰ, ਔਖੇ ਵੇਲੇ ਸਬਰ ਕਰ ਜਾਏ। فَإِنَّ اللَّهَ لَا يُضِيعُ أَجْرَ الْمُحْسِنِينَ, اللہ ایسے لوگوں کو ضائع نہیں کرتا۔ جوانا حسن آئے گا تیرے وال سلام دی طرح تے تقوی اختیار کری۔ بزرگو بیماریاں گھیرا پا لینا جے صبر کریا جے۔ فَإِنَّ اللَّهَ لَا يُضِيعُ أَجْرَ الْمُحْسِنِينَ, اللہ ایسے لوگوں کے اجر ضائع نہیں کرتا۔ گل سنو بچیو, شانہ لینی ہے جی نا, بدی تو بچو۔ اس دور کا سب تو بڑا جہاد ہے جی, ایدا لوز یوز کرنا چھڑ دیو۔ گندے رابطے, گندے سلسلے بیٹا چھوڑ۔ اللہ نے احسان کر دیتا ہے تے جڑا برائی تو بچ جائے تے ہجومے مشکلات اندر صبر کر جائے۔ سارے بولے جی اندر لے باہر لے محبت نہ رب انہاں نوں ضائع کردا۔ مل کون پاؤں؟ ادھے بولو ادھے, مل کون پاؤں؟ رب کو مل پوا۔ توجہ فرمانا, سر سٹے نے, ڈرے نے کہ ہن پتہ نہیں کی ہو جانا, پھڑے گئے ہیں۔ تے حضرت فرماندے نے رتبہ پا کے, شان پا کے, بلندی پا کے۔ سادہ ترجمہ کراں, کوٹھی لب جائے, گڈی لب جائے, علم لب جائے, شان لب جائے, پیسہ لب جائے, صحت لب جائے, چوانی لب جائے۔ پھر جنہاں بھیڑاں کو غلطیاں ہوئیاں ہون, جنہاں بھراواں کو غلطیاں ہوئیاں ہون, جنہاں جماعتیاں کو غلطی, گن گن کے ویر نہیں کڈی دے, چوبہ نہیں ماری دیا, تان سنی نہیں کری دی, غیبت نہیں کری دی, بلکہ کی کہی دا ہے, لا تثریب علیکم اليوم یغفر اللہ لکم وہو ارحم الراحمین۔ لا تثریب علیکم الیوم, جاؤ میں تانوں معاف کیتا۔ میں تے معاف کیتا ہے, اگلی گل سنیو, میں تے معاف کیتا ہے, پر تسی نا کمی پیشی تہاڈے کو بڑی ہو گئی سی, ہن اللہ دی سپرد تہاڈا معاملہ ہے, تے میں رب نوں وی کہنا میرا رب وی تانوں معاف کرے۔ وہو ارحم الراحمین, تے رب نوں میں پتا کیوں کہنا, کہ رب ورگا رحم کاری کوئی نہیں سکتا۔ حاجی صاحب, حضرت جی تو سجدہ ہو گیا نا حضرت یوسف نو, آخری گل سننا۔ تے حضرت یوسف فرماندے نے, وقد احسن بی اذ اخرجنی من السجن وجاء بكم من البدو من بعد ان نزغ الشیطان بینی وبین اخوتی ان ربی لطیف لما یشاء انہو هو العلیم الحکیم رب قد آتیتنی من الملک وعلمتنی من تأویل الاحادیث فاطر السماوات والارض انت ولی فی الدنیا والآخرہ توفنی مسلما والحقنی بالصالحین۔ جدوں سجدہ ساریاں کر لیا, رتبہ ملے, تے بدلے نہ لیا کر, چوبہ نہ ماریا کر, چبڑا نہ ماریا کر, اور رتبہ ملے, دیا رب والے دا کردار
ਆਂਦੇ ਨੇ ਮੇਰੇ ਅੱਲਾਹ ਨੇ ਮੇਰੇ ਤੇ ਅਹਿਸਾਨ ਕੀਤਾ ਜਦੋਂ ਮੇਰੇ ਅੱਲਾਹ ਨੇ ਮੈਨੂੰ ਜੇਲ ਚੋਂ ਕੱਢਿਆ। ਉੱਚੀ ਬੋਲਿਓ, ਕਿੱਥੋਂ ਕੱਢਿਆ? ਅੱਛਾ, ਮੈਂ ਇੱਥੇ ਗੱਲ ਸਮਝਾਣੀ। ਇਹ ਨਹੀਂ ਕਿਹਾ ਜਦੋਂ ਮੈਨੂੰ ਖੂਹ ਚੋਂ ਕੱਢਿਆ, ਹਾਲਾਂ ਖੂਹ ਚੋਂ ਨਿਕਲਣਾ ਜੇਲ ਦੀ ਬਨਿਸਬਤ ਜ਼ਿਆਦਾ ਔਖਾ ਸੀ। ਖੂਹ ਦਾ ਨਾਂ ਇਸ ਲਈ ਨਹੀਂ ਲਿਆ ਕਿ ਸੁੱਟਣ ਵਾਲੇ ਸਾਹਮਣੇ ਨੇ ਕਿਤੇ ਦਿਲ ਨਾ ਦੁਖ ਜਾ। ਤੂੰ ਜ਼ਿਕਰ ਕਰ ਕਰਕੇ ਥੱਕ ਗਿਆ ਕਿ ਚੋਪਾ ਮਾਰਨਾ, ਤਰਸ ਕਰਨਾ, ਲਮਜ਼ ਕਰਨਾ, ਖਿਮਤ ਕਰਨਾ। ਜਦੋਂ ਜੇਲ ਚੋਂ ਕੱਢਿਆ, ਇਹ ਨਹੀਂ ਕਿਹਾ ਖੂਹ ਚੋਂ ਕੱਢਿਆ ਕਿਉਂਕਿ ਸਾਹਮਣੇ ਖਲੋਤੇ ਨੇ, ਤੇ ਫਰਮਾਇਆ ਤੁਹਾਨੂੰ ਅੱਲਾ ਸਹਿਰਾ ਚੋਂ ਮੇਰੇ ਕੋਲ ਲੈ ਆਇਆ। ਅਗਲਾ ਜੁਮਲਾ ਬੜਾ ਹੈ। ਮਿੰ ਬਾਦੇ ਅਨ ਨਜ਼ਗ ਸ਼ੈਤਾਨੋ ਬੈਨੀ ਵ ਬੈਨਾ ਇਖਵਾਤੀ, ਤੁਹਾਨੂੰ ਅੱਲਾ ਸਹਿਰਾਵਾਂ ਚੋਂ ਲੈ ਆਇਆ, ਉਸ ਤੋਂ ਬਾਅਦ ਜਦੋਂ ਸ਼ੈਤਾਨ ਨੇ ਮੇਰੇ ਤੇ ਮੇਰੇ ਭਰਾਵਾਂ ਦੇ ਦਰਮਿਆਨ ਚਾਲ ਚੱਲ ਲਈ ਸੀ, ਉਹਨੂੰ ਸ਼ੈਤਾਨੀ ਚਾਲ ਆਖਿਆ। ਸਕੀ ਭੈਣ ਨਾ ਤੇਰੀ 57 ਹੀ ਨਾ, ਭਾਵੇਂ ਤੈਨੂੰ 10 ਸਾਲ ਬਾਅਦ ਗੱਲ ਸਮਝ ਆ ਜਾਏ, 15 ਸਾਲ ਬਾਅਦ ਆ ਜਾਏ, ਇਹ ਸ਼ੈਤਾਨੀ ਚਾਲ ਹੀ ਤੈਨੂੰ ਨਾਕਾਮ ਕਰ ਦੇ। ਭਰਾ ਦੇ ਨਾਲ ਜੇ ਢਿੱਡ ਚ ਕੋੜ ਚੁੱਕੀ ਫਿਰਨੇ ਨਾ, ਇਹਨੂੰ ਮਾਫ ਕਰ ਦੇ, ਯਾਦ ਕੋ ਮਾਫੀ ਮੰਗ ਲਾ, ਇਹ ਸ਼ੈਤਾਨੀ ਚਾਲ ਹੀ। ਸੀਨੇ ਸਾਫ਼ ਕਰੋ। ਤੁਸੀਂ ਕੀ ਸਮਝਦੇ ਹੋ ਸ਼ੈਤਾਨ ਬੜਾ ਸਿੱਧਾ ਸਾਦਾ, ਉਹਨੂੰ ਪਤਾ ਮੌਲਵੀ ਨੇ ਦਾੜੀ ਰੱਖੀ ਹੈ, ਟੋਪੀ ਪਾਈ ਹੈ, ਹੈ ਮਸੀਤੇ ਆਉਂਦਾ ਜਾਂਦਾ, ਸ਼ਰਾਬ ਇਹਨੇ ਪੀਣੀ ਨਹੀਂ, ਜ਼ਨਾ ਇਹਨੇ ਕਰਨਾ ਨਹੀਂ, ਝੁੱਗਾ ਇਹਨੇ ਲੁੱਟਣਾ ਨਹੀਂ, ਡਾਕਾ ਇਹਨੇ ਮਾਰਨਾ ਨਹੀਂ, ਉਹ ਫਿਰ ਦਿਲ ਦੇ ਬੁਗਸ ਨਾ, ਫਿਰ ਉਹ ਗੀਬਤਾਂ ਨਾ। ਇੱਕ ਨੇਕ ਬੰਦੇ ਦਾ ਨੇਕ ਮਾਲ ਦਾ ਖਜ਼ਾਨਾ ਲੁੱਟਦਾ। ਅਤੇ ਇਹ ਜਿਹੜੀ ਹੈ ਨਾ 101 ਨੰਬਰ ਐਤ ਸੂਰਾ ਯੂਸਫ ਦੀ, ਇਹ ਦੁਆ ਬੜੀ ਪੜਿਆ ਕਰੋ, ਅੱਜ ਕੱਲ੍ਹ ਰਾਤਾਂ ਬੜੀਆਂ ਲੰਮੀਆਂ ਨੇ ਜਵਾਨੋ, ਤੇ ਸੂਰਾ ਫਾਤਿਹਾ ਪੜ੍ਹ ਕੇ ਨਾ ਫਿਰ ਪੜ੍ਹਿਆ ਕਰੋ। ਰੱਬੇ ਕਦਾ ਦੈਤਨੀ ਮਿਨਲ ਮੁਲਕ ਵ ਅਲਮਤਨੀ ਮਿਨ ਤਾਵੀਲ ਅਲ ਅਹਾਦੀਸ ਫਾਤਿਰ ਸਮਾਵਾਤ ਵਲ ਅਰਜ਼ ਅੰਤਾ ਵਲੀ ਫਿਰ ਦੁਨੀਆ ਵਲ ਆਖਿਰਾ। ਜ਼ਮੀਨ ਵ ਆਸਮਾਨ ਨੂੰ ਪੈਦਾ ਕਰਨ ਵਾਲੇ, ਮੈਨੂੰ ਇਲਮ ਵੀ ਤੂੰ ਅਤਾ ਕੀਤਾ, ਬਾਦਸ਼ਾਹਤ ਵੀ ਤੂੰ ਅਤਾ ਕੀਤੀ, ਅਤੇ ਅੱਲਾ ਪਾਕ ਤੂੰ ਹੀ ਮੇਰਾ ਦੁਨੀਆ 'ਤੇ ਵੀ ਕਾਰਸਾਜ਼ ਹੈ, ਅਤੇ ਤੂੰ ਹੀ ਮੇਰਾ ਆਖਰਤ ਨੂੰ ਵੀ ਕਾਰਸਾਜ਼ ਹੈ। ਇੱਕ ਕੰਮ ਜ਼ਰੂਰ ਕਰਿਓ ਅੱਲਾ ਜੀ, ਯਾਰ ਤੁਸੀਂ ਵੇਖੋ ਨੇਕ ਲੋਕਾਂ ਦੀ ਸੋਚ ਵੇਖੋ, ਅੱਲਾ ਜੀ ਇੱਕ ਕੰਮ ਕਰਿਓ, ਪਤਾ ਕੀ? ਫਾਤਿਰ ਸਮਾਵਾਤ ਵਲ ਅਰਜ਼ ਅੰਤਾ ਵਲੀਯੀ ਫਿਰ ਦੁਨੀਆ ਵਲ ਆਖਿਰਾ, ਇੱਕ ਕੰਮ ਕਰਿਓ, ਤਵੱਫਾਨੀ ਮੁਸਲਿਮਾ, ਮੌਤ ਉਦੋਂ ਦਿਓ ਜਦੋਂ ਮੈਂ ਅਬਦੇ ਮੁਸਲਿਮ ਹੋਵਾਂ। ਤਬੀਰ ਦਾ ਇਲਮ ਦੇਣ ਵਾਲੇ ਆ ਰੱਬਾ, ਇਹ ਤੁਸੀਂ ਇਲਮ ਅਤਾ ਕੀਤਾ। ਇੱਕ ਨਿਮਤ ਮੈਂ ਮੰਗਣਾ, ਮੌਤ ਉਦੋਂ ਦੀ ਜਦੋਂ ਤੂੰ ਮੇਰੇ ਤੇ ਰਾਜ਼ੀ ਹੋਵੇਂ। ਅਸੀਂ ਕਿੰਨੀ ਕੁ ਵਾਰੀ ਰੱਬ ਨੂੰ ਆਖਿਆ, ਤੋਬਾ ਕਰੋ ਯਾਰ, ਸੂਦ ਤੋਂ, ਬੀਮਾ ਪਾਲਿਸੀ ਤੋਂ, ਚੰਦਾਖੋਰੀ ਤੋਂ, ਬਾਂਡਾ ਨੰਬਰਾਂ ਦੀ ਕਮਾਈ ਤੋਂ, ਪਾਕ ਕਰੋ ਆਪਣੇ ਸੀਨੇ। ਇਹ ਸੀ ਉਮਰ ਰੱਬ ਅੱਗੇ ਝੁਕਣ ਦੀ ਜਿਹੜੀ ਬਰਬਾਦ ਕਰਦਾ ਫਿਰਨਾ ਗਮਾਸ਼ਤੀਆਂ ਨਾਲ ਅਤੇ ਚੁਗਲਖੋਰਾਂ ਨਾਲ ਫਿਰ ਕੇ। ਇਹ ਨੇਮਤਾਂ ਤੂੰ ਦਿੱਤੀਆਂ ਨੇ, ਅਤੇ ਦੋ ਨੇਮਤਾਂ ਹੁਣ ਮੈਂ ਮੰਗਣਾ, ਤਵੱਫਾਨੀ ਮੁਸਲਿਮਾ, ਉਦੋਂ ਮੌਤ ਦੇਈਂ ਜਦੋਂ ਮੇਰੇ ਤੇ ਰਾਜ਼ੀ ਹੋਵੇਂ। ਵਅਲਹਿਕਨੀ ਬਿਸਾਲਹੀਨ, ਅੱਲਾ ਮੈਨੂੰ ਆਪਣੇ ਨੇਕ ਬੰਦਿਆਂ 'ਚ ਸ਼ਾਮਿਲ ਕਰ ਦੇਈਂ। ਔਰ ਲੋਕੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅੱਲਾ ਰੁਤਬਾ ਦਵੇ, ਸ਼ਾਨ ਦਵੇ, ਇੱਜ਼ਤ ਦਵੇ, ਅੱਲਾ ਮੁਕਾਮ ਦਵੇ, ਫਿਰ ਉੱਚੀ ਬੋਲੋ ਬਦਲੇ ਲਈ ਦੇ, ਸਾਰੇ ਬੋਲੋ ਤਾਨੇ ਮਾਰੀ ਦੇ।
ਚੋਬਾ ਮਾਰੀ ਦੀਆਂ, ਤਕੱਬਰ ਦੇ ਬੋਲ ਬੋਲੀ ਦੇ, ਫਿਰ ਰਾਤਾਂ ਦੇ ਬਾਤਾਂ ਕਾਲੀਆਂ ਕਰੀ ਦੀਆਂ। ਆਹ ਜ਼ੁਲਕਰਨੈਨ ਦੇ ਬਾਰੇ ਪੜ੍ਹ ਕੇ ਦੇਖ ਲਓ, ਕੁਰਾਨ ਫੜਿਆ ਪਿਆ ਮਸ਼ਰਕ ਦੇ ਇਲਾਕੇ 'ਚ। ਮਸ਼ਰਕੀ ਜਦੋਂ ਗਿਆ ਨਾ ਮਮਾਲਕ ਅੰਦਰ, ਆਖਰੀ ਵਾਦੀ 'ਚ ਪਹੁੰਚ ਗਿਆ, ਮਗਰਬ ਵਾਲੇ ਪਾਸੇ ਗਿਆ ਤੇ ਆਖਰੀ ਵਾਦੀ 'ਚ ਪਹੁੰਚ ਗਿਆ। ਜਦੋਂ ਮਗਰਬ ਸ਼ਮਸ ਪਹੁੰਚੇ ਨਾ, ਉੱਥੇ ਇੱਕ ਕੌਮ ਸੀ, ਅਤੇ ਉਹ ਜਿਹੜੀ ਕੌਮ ਸੀ ਨਾ ਉਹਨੂੰ ਫਤਿਹ ਕਰ ਲਿਆ। ਅੱਲਾ ਨੇ ਫਰਮਾਇਆ ਭਾਵੇਂ ਕਤਲ ਕਰ ਦਿਓ, ਭਾਵੇਂ ਕੈਦੀ ਬਣਾ ਲਓ, ਭਾਵੇਂ ਫਿਦੀਆ ਦੇ ਕੇ ਤੁਸੀਂ ਇਹਨਾਂ ਨੂੰ ਆਜ਼ਾਦ ਕਰ ਲਓ, ਜੋ ਦਿਲੇ ਕਰ ਲਓ। ਅਤੇ ਫਰਮਾਣ ਲੱਗੇ ਵਸਾ ਨਕੂਲ ਲਹੂ ਮਿਨ ਅਮਰਿਨਾ ਯੁਸਰਾ, ਇਹਨਾਂ 'ਚ ਜਿਹੜੇ ਚੰਗੇ ਹੋਣਗੇ ਅਸੀਂ ਇਹਨਾਂ ਲਈ ਆਸਾਨੀਆਂ ਦੇ ਦਰਵਾਜ਼ੇ ਹੀ ਖੋਲ੍ਹ ਦੇਵਾਂਗੇ। ਅੱਜ ਤੈਨੂੰ ਰੱਬ ਨੇ ਨਵਾਜ਼ਿਆ, ਰੁਤਬਾ ਦਿੱਤਾ, ਅਤੇ ਆਸਾਨੀਆਂ ਕਰਿਆ ਕਰ, ਆਸਾਨੀਆਂ ਕਰਿਆ ਕਰ। ਅਗਰ ਮੈਨੂੰ ਤੁਸੀਂ ਪੁੱਛੋ ਨਾ, ਮੌਲਾਨਾ ਵਜ਼ਾਇਫ ਦੱਸਦਿਆਂ 20 ਸਾਲ ਗੁਜ਼ਰ ਗਏ ਨੇ, 25 ਸਾਲ ਗੁਜ਼ਰ ਗਏ ਨੇ, ਅੱਜ ਕੋਈ ਖਾਸ ਵਜ਼ੀਫਾ ਦੱਸ ਦਿਓ। ਲਓ ਜੀ ਪਤਾ ਨਹੀਂ ਜ਼ਿੰਦਗੀ ਰਹਿਣੀ ਹੈ ਕਿ ਨਹੀਂ ਰਹਿਣੀ, ਕਿਉਂਕਿ ਕਾਰੀਏ ਕੁਰਾਨ ਵੀ ਟੁਰ ਗਿਆ। ਦੁਆ ਕਰ ਛੱਡੋ ਹਜ਼ਰਤ ਕਾਰੀ ਅਬਦੁਲ ਹਫੀਜ਼ ਫੈਸਲਾਬਾਦੀ, ਜਿੱਥੇ ਲੇਟੇ ਨੇ, ਮੇਰਾ ਦਿਲ ਖੁਸ਼ ਹੋ ਜਾਏ, ਅੱਲਾ ਕਬਰ ਨੂਰ ਨਾ ਭਰ ਦੇ। ਉਹ ਵੀ ਨਹੀਂ ਰਹਿ, ਖਤੀਬ ਬਦਲ ਗਿਆ, ਬਲਕਿ ਹੁਣ ਤਾਂ ਮਿੰਬਰੋਂ ਮਹਿਰਾਬ ਵੀ ਬਦਲ ਗਿਆ, ਸਾਰੇ ਅੰਦਾਜ਼ ਹੀ ਬਦਲ ਜਾਣੇ ਨਹੀਂ, ਅਸੀਂ ਟੁਰ ਜਾਣਾ। ਮੇਰੇ ਪਿਆਰੇ ਭਾਈਓ, ਹਜ਼ਰਤ ਜ਼ੁਲਕਰਨੈਨ ਇਹਨਾਂ ਨੇ ਜਦੋਂ ਉਸ ਇਲਾਕੇ ਨੂੰ ਫਤਿਹ ਕੀਤਾ ਨਾ, ਅਤੇ ਕਹਿਣ ਲੱਗੇ ਜਿਹੜੇ ਇਹਨਾਂ 'ਚੋਂ ਅੱਛੇ ਲੋਕ ਹੋਣਗੇ ਅਸੀਂ ਇਹਨਾਂ ਲਈ ਆਸਾਨੀ ਕਰਾਂਗੇ, ਲੈ ਜੇ ਚਾਹੁੰਦੇ ਨਾ ਬਿਮਾਰੀਆਂ ਦੇ ਗਲਬੇ ਟੁੱਟ ਜਾਣ, ਪਰੇਸ਼ਾਨੀਆਂ ਟੁੱਟ ਜਾਣ। ਜਿਹੜੇ ਤੈਨੂੰ ਸਤਾਉਂਦੇ ਨੇ ਨਾ, ਇੱਧਰ ਵੇ, ਜਿਹੜੇ ਤੇਰੀ ਕਰਦਾਰਕਸ਼ੀ ਕਰਦੇ ਨੇ ਸਾਦਾ ਲਫਜ਼ਾਂ 'ਚ, ਜਿਹੜੇ ਤੇਰੇ ਖਿਲਾਫ਼ ਜ਼ਬਾਨਾਂ ਖੋਲ੍ਹਦੇ ਨੇ, ਰਿਸ਼ਤੇਦਾਰ ਨੇ, ਜਮਾਤੀਏ ਨੇ, ਕੋਈ ਕੁਝ, ਇਹਨਾਂ ਵਾਸਤੇ ਜ਼ੇਹਨ ਬਣਾ ਲਾ, ਮੈਂ ਆਸਾਨੀਆਂ ਹੀ ਕਰਨੀਆਂ ਨੇ, ਆਸਾਨੀਆਂ ਹੀ ਕਰਨੀਆਂ ਨੇ, ਅਤੇ ਆਸਾਨੀਆਂ ਹੀ ਕਰਿਆ ਕਰ। ਅੱਲਾ ਤਬਾਰਕ ਵਾ ਤਾਲਾ ਤੈਨੂੰ ਆਸਮਾਨ ਨਾਲੋਂ ਜ਼ਿਆਦਾ ਬੁਲੰਦੀਆਂ ਅਤਾ ਫਰਮਾ ਦੇਵੇ। ਉਹ ਤੁਹਾਨੂੰ ਪਤਾ ਜਦੋਂ ਫਿਰ ਮਸ਼ਰਕੀ ਪਾਸੇ ਗਏ, ਉੱਥੇ ਯਜੂਜ ਮਜੂਜ ਦੀ ਕੌਮ, ਇੰਝ ਦੋ ਪਹਾੜ ਸਨ ਮੇਰੇ ਵੱਲ ਵੇਖਿਓ, ਇੰਝ ਸੀਸਾ ਪਲਾਈ, ਉਹਨਾਂ ਦੀਵਾਰ ਰੱਖੀ ਅਤੇ ਸਾਰਾ ਕੁਝ ਕਰ ਕਰਾ ਕੇ ਆਖਿਆ, ਹਾਜ਼ਾ ਰਹਿਮਤੁ ਮਿਰ ਰੱਬੀ ਫਾਇਦਾ ਜਾ ਆਵਾਦੁ ਰੱਬੀ ਜਾ ਲਹੂ ਦੱਕਾ ਵਕਾ ਨਵਾਦੁ ਰੱਬੀ ਹੱਕਾ। ਆ ਜਿਹੜੀ ਦੁਆਰ ਵੇ ਕਹਿਣ ਨੂੰ ਹੈ, ਇਹ ਕਿਵੇਂ ਬਣ ਗਈ? ਇਹ ਮੈਂ ਨਹੀਂ ਬਣਾਈ, ਰੱਬ ਦੀ ਰਹਿਮਤ ਹੋ ਗਈ, ਇਹ ਰੱਬ ਦੀ। ਕੋਠੀ ਵੇਖੇ, ਗੱਡੀ ਵੇਖੇ, ਸੋਹਣੇ ਪੁੱਤਰ ਵੇਖੇ, ਅੱਬਾ ਜੀ ਨੂੰ ਵੇਖੇ, ਮਾਂ ਜ਼ਿੰਦਾ, ਮਾਸ਼ਾਅੱਲਾ ਭੈਣਾਂ ਆਪਣੇ ਘਰ ਵੱਸ ਰਹੀਆਂ ਨੇ, ਇਹ ਅੱਲਾ ਦੀਆਂ ਸਾਡੇ 'ਤੇ ਔਲਾਮਤਾਂ ਹੋ ਗਈਆਂ ਨੇ। ਵਰਨਾ ਕੋਈ ਆਪਰੇਸ਼ਨ ਥੀਏਟਰ 'ਚ ਪਿਆ ਹੈ, ਕੋਈ ਜੇਲੇ ਪਿਆ ਹੈ, ਕੋਈ ਬਿਸਤਰੇ 'ਤੇ ਪਿਆ ਹੈ। ਔਰ ਲੋਗੋ, ਅੱਲਾ ਰੁਤਬਾ ਦੇਵੇ ਨਾ, ਫਿਰ ਰੱਬ ਰੱਬ ਕਰਿਆ ਕਰੋ। ਵੇਖ ਲਓ ਮੈਂ ਕਿੰਨੇ ਅਜ਼ਕਾਰ ਵੀ ਬਿਆਨ ਕਰ ਦਿੱਤੇ ਨੇ, ਵਜ਼ਾਹੇ ਵੀ ਬਿਆਨ ਕਰ ਦਿੱਤੇ ਨੇ। ਕਹਿਣਾ ਕੀ ਹੈ, ਕਿਰਦਾਰ ਵੀ ਬੇਮਿਸਾਲ ਬਣਾ, ਕੌਲ ਵੀ ਬੇਮਿਸਾਲ ਬਣਾ, ਆਪਣੇ ਅੱਲਾ ਵੱਲ ਸਫ਼ਰ ਕਰ। ਤੂੰ ਤਾਂ ਬਰੇਕਾਂ ਲਾ ਕੇ ਖੜਾ ਹੋ ਗਿਆ, ਤੂੰ ਚਲਾ ਕੇ, ਤੂੰ ਹੁਸ਼ਿਆਰ ਹੈ, ਜੇ ਤੈਨੂੰ ਰੱਬ ਨੇ ਕੁਝ ਦਿੱਤਾ ਤੇ ਦੱਸ ਅੱਜ ਕਿੰਨੇ ਸਪਾਰੇ ਪੜ੍ਹੇ ਹੀ, ਦੱਸ ਕੱਲ੍ਹ ਜੁਮੇਰਾਤ ਨੂੰ ਕਿੰਨੇ ਸਪਾਰੇ ਪੜ੍ਹੇ ਹੀ। ਮੈਂ ਤਾਂ ਅਕਸਰ ਕਹਿੰਦਾ, ਤੁਹਾਨੂੰ ਵੀ ਕਹਿ ਦਿੰਦਾ, ਦੱਸੋ ਤੁਹਾਡੇ 'ਚੋਂ ਕਿੰਨੇ ਮੁਸਲਮਾਨ ਭਰਾ ਖੜੇ ਕਰਦਾ, ਅਤੇ ਜਿਹੜੇ ਗੱਲਾਂ ਕਰਦੇ ਸਾਹ ਨਹੀਂ ਲੈਂਦੇ, ਅਤੇ ਆਉਂਦਾ ਸੂਰਤ ਵਾਕਿਆ ਦਾ ਤਰਜਮਾ ਵੀ ਨਹੀਂ, ਆਉਂਦਾ ਸੂਰਤ ਰਹਿਮਾਨ ਦਾ ਤਰਜਮਾ ਵੀ ਨਹੀਂ। ਅੱਜ ਦਾ ਖੁਤਬਾ ਜੁਮਾਤੁਲ ਮੁਬਾਰਕਾ ਇੱਕ ਲਮਹਾ ਫਿਕਰੀ ਹੈ ਮੇਰੇ ਪਿਆਰੇ ਭਾਈਓ, ਇਹ ਹੀ ਵਕਤ ਜੇ ਕੁਛ ਬਣਾਉਣ ਦਾ, ਕਮਾਉਣ ਦਾ ਮੌਕਾ ਹਰ ਕਿਸੇ ਨੂੰ ਮਿਲਦਾ ਹੈ, ਸਾਰੇ ਬੋਲਿਓ ਮੌਕਾ, ਅਤੇ ਜ਼ਾਇਆ ਕਰ ਲੈਂਦੇ ਜੇ 90% ਲੋਕ, ਅਤੇ ਚੁਣਿੰਦਾ ਹੀ ਲੋਕ ਹੁੰਦੇ ਜਿਹੜੇ ਮੌਕੇ ਤੋਂ ਫਾਇਦਾ ਉਠਾਉਂਦੇ। ਸੋਚ ਸੋਚ ਕੇ ਬੋਲੋ, ਫੂਕ ਫੂਕ ਕੇ ਬੋਲੋ, ਨਾ ਕਿਸੇ ਬਾਬੇ ਦਾ ਦਿਲ ਦੁਖਾਈ, ਨਾ ਭੈਣਾਂ ਨੂੰ ਰਵਾਈ, ਉਹ ਤੇਰੇ ਕੋਲ ਕੀ ਮੰਗਦੀਆਂ ਨੇ? ਉਹ ਕਮਲਿਆ ਤੂੰ ਕਿਉਂ ਘਬਰਾ ਗਿਆ, ਕਦੀ ਭੈਣਾਂ ਨੂੰ ਦਿਆ ਵੀ ਥੋੜ ਪਈ ਹੈ, ਉਹ ਕਦੀ ਅੱਬੇ ਨੂੰ ਦਿਆ ਵੀ ਥੋੜ ਪਈ ਹੈ, ਜਿਹਨਾਂ ਦਾ ਖੂਨ ਸਕਾਉਂਦਾ ਫਿਰਨਾ।
ਜੋ ਕੁਝ ਲਿਖਿਆ ਵਿੱਚ ਨਸੀਬ ਸਾਡੇ, ਉਹੋ ਹੀ ਤੂੰ ਲੈਣਾ, ਉਹੋ ਹੀ ਮੈਂ ਲੈਣਾ। ਪਾਓ ਤੇਰੀਆਂ ਮੇਰੀਆਂ ਆਕੜਾਂ ਕਿਸ ਕਾਰੇ, ਤੂੰ ਵੀ ਟਹਿ ਪੈਣਾ ਅਤੇ ਮੈਂ ਵੀ ਟਹਿ ਪੈਣਾ, ਸੱਦਾ ਆਇਆ ਅਤੇ ਬੁਕਲਾ ਮਾਰ ਟੁਰਨਾ, ਨਾ ਕੁਛ ਤੂੰ ਲੈਣਾ ਨਾ ਕੁਛ ਮੈਂ ਲੈਣਾ, ਜੋ ਗੁਜ਼ਰੇਗੀ ਸੋ ਜਾਨ ਆਪਣੀ ਅਤੇ ਉਹੋ ਹੀ ਤੂੰ ਸਹਿਣਾ, ਉਹੋ ਹੀ ਮੈਂ ਸਹਿਣਾ, ਮੇਰਾ ਤੇਰਾ ਮੁਸਾਫਰ ਆ ਕੀ ਝਗੜਾ, ਨਾ ਤੂੰ ਰਹਿਣਾ। ਇੱਕੋ ਯਾਰੀ ਇਕੱਲੇ ਰੱਬ ਵਾਲੀ, ਬਾਕੀ ਯਾਰੀਆਂ ਸਭ ਖਵਾਰੀਆਂ ਨੇ, ਜਿਹਨਾਂ ਰੱਬ ਦੀਆਂ ਯਾਰੀਆਂ ਛੱਡ ਦਿੱਤੀਆਂ ਉਹਨਾਂ ਜਿੱਤੀਆਂ ਬਾਜ਼ੀਆਂ ਵੀ। ਜ਼ਬੈਦਾ ਮਸਜਿਦ, ਐਸ਼ਾ ਮਸਜਿਦ, ਮਿੰਟ ਗੁਮਰੀ ਜਾਂ ਆਪਣੀ ਇਸ ਮਸਜਿਦ 'ਚ ਜਿੱਥੇ ਵੀ ਤਰਜਮਾ ਕਲਾਸ ਹੁੰਦੀ ਹੈ ਨਾ, ਯਾਰ 15 ਮਿੰਟ ਵਿਆਹ ਕਰ, ਯਾਰ 20 ਮਿੰਟ ਵਿਆਹ ਕਰ, ਵੇਖ ਲਾ ਮੈਂ ਸਾਰਾ ਜੁਮਾ ਜਾਂ ਕੁਰਾਨ ਪੜ੍ਹਿਆ ਜਾਂ ਤਰਜਮਾ ਕੀਤਾ, ਜਾਂ ਕੁਰਾਨ ਪੜ੍ਹਿਆ ਜਾਂ ਤਰਜਮਾ ਕੀਤਾ। ਹਾਲਾਂ ਮੇਰੇ ਸਾਹਮਣੇ ਬੜੇ ਵਾਕਿਆਤ ਸਨ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਕਿ ਰੱਬ ਨੇ ਰੁਤਬਾ ਦਿੱਤਾ ਅਤੇ ਸਾਡਾ ਨਬੀ ਕਿਵੇਂ ਰੱਬ ਅੱਗੇ ਰੋਂਦਾ ਰਿਹਾ, ਅੱਲਾਹ ਦੇ ਬੰਦਿਆਂ ਅੱਗੇ ਲਿਫਦਾ ਰਿਹਾ, ਹਰ ਕਿਸੇ ਨੂੰ ਮਾਫ਼ ਕਰਦਾ ਰਿਹਾ। ਲੇਕਿਨ ਇਨਸ਼ਾਅੱਲਾ ਮਜ਼ੀਦ ਇਹਦੇ ਬਾਰੇ ਗੁਫ਼ਤਗੂ 16 ਦਸੰਬਰ ਦਾ ਜੁਮਾ, 16 ਦਸੰਬਰ ਦਾ ਜੁਮਾ ਇਨਸ਼ਾਅੱਲਾ, ਅੱਜ ਤੋਂ ਗਾਲਬਨ 3ਰਾ ਜੁਮਾ, ਅੱਲਾਹ ਦੀ ਤੋਫੀਕ ਨਾਲ ਮੈਂ ਕਮਾਲਾਬਾਦ ਰੱਬਾਨੀ ਮਸਜਿਦ ਅੰਦਰ ਪੜ੍ਹਾਵਾਂਗਾ, ਤਫਸੀਲੀ ਬਾਤ ਇਨਸ਼ਾਅੱਲਾ ਉੱਥੇ ਹੋਏਗੀ। ਦੁਆ ਕਰੋ ਜੋ ਸੁਣਿਆ ਸੁਣਾਇਆ ਅੱਲਾਹ ਅਮਲ ਦੀ ਤੋਫੀਕ ਅਤਾ ਫਰਮਾਏ। ਸੁਭਾਨ ਰੱਬਿਕ ਰੱਬਿਲ ਇੱਜ਼ਤ ਅੰਮਾ ਯਸਿਫੂਨ, ਵਸਲਾਮੁਨ ਅਲਲ ਮੁਰਸਲੀਨ, ਵਲਹਮਦੁਲਿਲਾਹ ਰੱਬਿਲ ਆਲਮੀਨ। ਸਾਰੇ ਸਾਥੀ ਬਈ ਤਵੱਜੋ ਕਰਿਓ ਮੇਰੇ ਵੱਲ ਦੇਖਣਾ, ਤੁਹਾਡੇ ਵਾਸਤੇ ਬਹੁਤ ਬੜੀ ਖੁਸ਼ਖਬਰੀ ਹੈ। ਮਸਜਿਦ ਕਿੱਡੀ ਆਲੀ ਸ਼ਾਨ ਹੈ, ਮੈਨੂੰ ਇਹ ਮਸਜਿਦ ਕਾਹਦੀ ਹੈ, ਮਾਸ਼ਾਅੱਲਾ ਅੱਲਾਹ ਦੇ ਦੀਨ ਦਾ ਮਹੱਲ ਹੀ ਲੱਗਦਾ। ਦੁਆ ਕਰੋ ਜਿੰਨਾ ਇਹ ਕਾਇਮ ਕੀਤੀ ਹੈ, ਇਹਦੀ ਇੰਤਜ਼ਾਮੀਆਂ ਖਰਚ ਕਰ ਰਿਹਾ ਨੇ, ਅੱਲਾਹ ਮਾਲ ਜਾਂ 'ਚ ਬਰਕਤਾਂ ਫਰਮਾਏ। ਸਾਰੇ ਬੋਲੋ ਅੱਲਾਹ ਬਰਕਤਾਂ ਫਰਮਾਏ। ਮਸਜਿਦ ਵਾਸਤੇ ਕਲੀਨਾਂ ਦੀ ਜ਼ਰੂਰਤ ਹੈ ਅਤੇ 2 ਲੱਖ ਰੁਪਈਏ ਚਾਹੀਦੇ ਨੇ। ਮੈਂ ਸਮਝਦਾ ਤੁਹਾਡੇ 'ਚੋਂ ਇੱਕ ਬੰਦਾ ਇਨਸ਼ਾਅੱਲਾ ਕਰ ਸਕਦਾ ਅਤੇ ਅੱਲਾਹ ਦੀ ਤੋਫੀਕ ਨਾਲ ਇਹ ਕੰਮ ਹੋਣਾ ਚਾਹੀਦਾ ਯਾਰ। 10-10, 20-20 ਰੁਪਏ ਦਿਆਂ ਕੁਛ ਨਹੀਂ ਹੋਣਾ। ਖਵਾਤੀਨ ਆਈਆਂ ਨੇ, ਖਵਾਤੀਨ ਦਾ ਹਮੇਸ਼ਾ ਬੜਾ ਕਰਦਾਰ ਰਿਹਾ, ਕੋਈ ਵਾਲੀਆਂ, ਕੋਈ ਕੋਕੇ, ਕੋਈ ਚੂੜੀਆਂ ਦਿਓ ਅੱਲਾਹ ਦੇ ਫਜ਼ਲ ਦੇ ਨਾਲ, ਤਾਂ ਕਿ ਅੱਲਾਹ ਪਾਕ ਦਾ ਘਰ ਸੋਹਣਾ ਲੱਗੇ। ਐਡੀ ਸੋਹਣੀ ਮਸਜਿਦ ਹੈ, ਸੋਹਣੇ ਕਲੀਨ ਇੱਥੇ ਹੋਣੇ ਚਾਹੀਦੇ ਨੇ। ਜਿਹੜੇ ਸਾਥੀ ਬਾਹਰ ਤਸ਼ਰੀਫ ਫਰਮਾ ਨੇ, ਮਾਸ਼ਾਅੱਲਾ ਤਾਂ ਹੱਦ ਨਿਗਾਹ ਅੱਲਾਹ ਦੇ ਨੇਕ ਬੰਦੇ ਆਏ ਨੇ, ਬਲਕਿ ਬਾਹਰ ਵੀ ਨੇ ਸਾਥੀ, ਸਭ ਦੀ ਖਿਦਮਤ 'ਚ ਮੈਂ ਗੁਜ਼ਾਰਿਸ਼ ਕਰਾਂਗਾ ਕਿ ਅੱਜ ਅਸੀਂ ਮਿਲ ਜੁਲ ਕੇ ਨਾ ਜੀ ਕਲੀਨਾਂ ਵਾਲਾ ਮਾਮਲਾ ਕਰਨਾ ਹੈ। ਸਾਰੇ ਸਾਥੀ ਜ਼ਿਆਦਾ ਤੋਂ ਜ਼ਿਆਦਾ ਤਾਮਨ ਕਰੋ। ਇਹ ਮੇਰੀ ਆਦਤ ਨਹੀਂ ਕਿ ਫਲਾਣਾ ਖੜਾ ਹੋ ਜਾਏ ਬਈ ਤੂੰ 5,000 ਦੇ 10,000 ਦੇ, ਰਾਜ਼ ਹੀ ਰਹਿਣਾ ਚਾਹੀਦਾ ਅਤੇ ਹਿੱਸਾ ਪਾ ਲਓ ਇਨਸ਼ਾਅੱਲਾ। ਹਾਜ ਸਾਹਿਬ ਨੇ ਮੈਨੂੰ ਦੱਸਿਆ ਕਿ ਮਜ਼ੀਦ 20 ਅਖਰਾਜਾਤ ਦੀ ਜ਼ਰੂਰਤ ਹੈ, ਲੇਕਿਨ ਫੌਰ ਕਲੀਨਾਂ ਦੀ ਜ਼ਰੂਰਤ ਹੈ। ਇਹ ਸਾਰੇ ਸਾਥੀ ਜ਼ਰੂਰਤ ਮੁਕੰਮਲ ਕਰ ਦਿਓ। ਅੱਲਾਹ ਦੇ ਹਜ਼ੂਰ ਮੈਂ ਦੁਆ ਕਰਨਾ ਕਿ ਇਲਾਹੁਲ ਆਲਮੀਨ ਸਾਨੂੰ ਸਾਰਿਆਂ ਨੂੰ ਆਪਣੀ ਰਹਿਮਤ ਦੇ ਨਾਲ ਮੁਆਫ਼ ਫਰਮਾ। ਇੱਕ ਦੁਆ ਜਿਹੜੀ ਹੈ ਨਾ, ਬੜੀ ਮੁਹੱਬਤ ਨਾਲ ਕਰੋ ਅਤੇ ਧਿਆਨ ਨਾ ਕਰੋ, ਜਿਨ੍ਹਾਂ ਕੋਲ ਪੁੱਤਰ ਨਹੀਂ, ਅੱਲਾਹ ਆਪਣੀ ਰਹਿਮਤ ਨਾਲ ਉਹਨਾਂ ਨੇਕ ਪੁੱਤਰ ਦੇ ਦੇ। ਫਿਰ ਮੈਂ ਦੁਆ ਕਰਨਾ ਅੱਲਾਹ ਜਿਨ੍ਹਾਂ ਕੋਲ ਬੇਟੇ ਨਹੀਂ, ਨੇਕ ਬੇਟੇ ਦੇ ਦੇ। ਅੱਲਾਹ ਜਿਨ੍ਹਾਂ ਦੀਆਂ ਬੇਟੀਆਂ ਭੈਣਾਂ ਜਵਾਨ ਨੇ, ਅੱਲਾਹ ਇੱਜ਼ਤ ਵਾਲੇ ਰਿਸ਼ਤੇ ਮੁਹੱਈਆ ਦੇ ਦੇ। ਇੱਕ ਦੁਆ ਕਰਨਾ, ਇਹ ਕਬੂਲੀਅਤ ਦਾ ਟਾਈਮ ਜੇ, ਔਰ ਰਸੂਲੁੱਲਾਹ ਸਸਮ ਤੋਂ ਵੀ ਸਾਬਤ ਹੈ ਖੁਤਬੇ ਅੰਦਰ ਦੁਆ। ਅੱਲਾਹ ਜੀ ਅੱਜ ਜ਼ੋਰ ਦਿੱਤਾ ਹੀ ਨਾ, ਦੁਆ ਪਹਿਲੇ ਧਿਆਨ ਨਾਲ ਸੁਣਿਓ, ਅੱਜ ਜੇ ਜ਼ੋਰ ਦਿੱਤਾ ਹੀ ਨਾ, ਜੇ ਜਵਾਨੀ ਦਿੱਤੀ ਹੋ ਅਤੇ ਅੱਲਾਹ ਪਾਕ ਜੀ ਗੱਲਬਾਤ ਕਰਨ ਦਾ ਤਰੀਕਾ ਦਿੱਤਾ ਹੀ, ਅਤੇ ਅੱਲਾਹ ਸੋਹਣਿਆ ਸਾਨੂੰ ਤਨਹਾਈ ਦੀ ਪਾਕੀ ਵੀ ਅਤਾ ਫਰਮਾ, ਅੱਲਾਹ ਸਾਨੂੰ ਆਪਣਾ ਕੁਰਬ ਨਸੀਬ ਫਰਮਾ, ਅੱਲਾਹ ਸਾਨੂੰ ਗੰਦੇ ਦੋਸਤਾਂ ਦੀ ਦੋਸਤੀ ਤੋਂ ਮਹਫੂਜ਼ ਫਰਮਾ ਲੈ, ਅੱਲਾਹ ਸਾਡੇ ਬਿਮਾਰਾਂ ਨੂੰ ਸ਼ਿਫਾ ਅਤਾ ਫਰਮਾ ਲੈ, ਜਿਨ੍ਹਾਂ ਘਰਾਂ 'ਚ ਲੜਾਈਆਂ ਝਗੜੇ ਨੇ ਅੱਲਾਹ ਮੁਹੱਬਤਾਂ ਹੀ ਤਬਦੀਲ ਫਰਮਾ ਦੇ। ਮੇਰੇ ਵੱਲ ਵੇਖੋ, ਅੱਲਾਹ ਇਸ ਕੁਰਾਨ ਸ਼ਰੀਫ ਦਾ ਤਾਲਬ ਇਲਮ ਬਣਾ। ਫਿਰ ਮੈਂ ਕਹਾਂਗਾ ਯਾਰ ਗੱਲ ਸੁਣੋ, 8-8 ਘੰਟੇ 10-10 ਘੰਟੇ ਡਿਊਟੀਆਂ ਕਰਦੇ ਹੋ,
ਹਜ਼ਾਰ ਕੋ 15 ਮਿੰਟ ਗੁਮਰੀ, ਕੋਈ ਜ਼ੁਬੈਦਾ ਮਸਜਿਦ, ਕੋਈ ਆਸ਼ਾ ਮਸਜਿਦ ਹੈ, ਅਗਰ ਉਹ ਆਪਣੀ ਦੂਸਰੀ ਮਸਜਿਦ 'ਚ ਕੀਨਾ ਅਮੀ ਉੱਥੇ ਵੀ ਹੁੰਦੀ ਮਾਸ਼ਾਅੱਲਾ। ਹੁਣ ਤਾਂ ਹਰ ਪਾਸੇ ਜਾਲ ਵਿਛ ਗਿਆ ਨੇ ਮਾਸ਼ਾਅੱਲਾ ਯਾਰ, ਪਿਆ ਕਰੋ 15-20 ਮਿੰਟ, ਕੁਰਾਨ ਦੇ ਤਾਲਬੇ ਨੂੰ ਬਣ ਕੇ ਦੁਨੀਆਂ ਤੋਂ ਜਾਓ ਯਾਰ, ਬੱਚਿਆਂ ਨੂੰ ਕੁਰਾਨ ਦੇ ਕੇ ਜਾਓ, ਆਪਣੇ ਬੈੱਡ 'ਤੇ ਕੁਰਾਨ ਕਿਉਂ ਨਹੀਂ ਯਾਰ, ਸਾਡੇ ਬੈੱਡ 'ਤੇ ₹1,00,000 ਦਾ ਬੈੱਡ ਤੂੰ ਰੱਖਿਆ ਅਤੇ ਯਾਰ ਤੂੰ ₹1,500 ਦਾ ਤਰਜਮੇ ਵਾਲਾ ਕੁਰਾਨ ਨਹੀਂ ਰੱਖ ਸਕਦਾ, ਇੱਕ ਐਤ ਹੀ ਸੌਣ ਤੋਂ ਪਹਿਲੇ ਪੜ੍ਹ ਲਿਆ, ਕਿਆ ਕਰ, ਮੇਰੇ ਅੱਲਾਹ ਨੇ ਮੈਨੂੰ ਕੀ ਕਿਹਾ, ਮੇਰੇ ਅੱਲਾਹ ਮੈਨੂੰ ਕੀ ਫਰਮਾਉਂਦੇ ਨੇ, ਮੈਂ ਕਿੱਥੇ ਖੜਾ, ਮੇਰਾ ਅੱਲਾਹ ਕੀ ਕਹਿੰਦਾ, ਕੀ ਕਰਨਾ, ਮੈਂ ਕੀ ਕਰਦਾ ਫਿਰਨਾ ਯਾਰ। ਜਾਨਵਰਾਂ ਵਾਲੀ ਜ਼ਿੰਦਗੀ ਨਹੀਂ ਜੀ ਅੱਲਾਹ ਨੂੰ ਪਸੰਦ, ਵੇਖ ਲਓ ਰੁਤਬੇ ਪਾ ਕੇ ਲੋਕ ਕਿਵੇਂ ਅੱਲਾਹ ਕੋਲੋਂ ਮੰਗਦੇ ਰਹਿ, ਅੱਲਾਹ ਨੇਕਾਂ 'ਚ ਨਾ ਪਾ ਦੇ, ਅੱਲਾਹ ਸਾਨੂੰ ਅਬਦੇ ਮੁਸਲਮ ਬਣਾ ਕੇ ਦੁਨੀਆਂ ਤੋਂ ਲੈ ਕੇ ਜਾਈਂ, ਅੱਲਾਹ ਸਾਰੀਆਂ ਤਰੀਫਾਂ ਤੇਰੀਆਂ, ਅੱਲਾਹ ਸ਼ੁਕਰ ਦੀਆਂ ਤੋਫੀਕਾਂ ਦੇ ਦੇ। ਅਤੇ ਜਦੋਂ ਫਿਰ ਅਸੀਂ ਇਹ ਕੰਮ ਨਹੀਂ ਨਾ ਕਰਦੇ, ਫਿਰ ਸਾਡੇ ਅੰਦਰ ਜਦੋਂ ਕੁਰਾਨ ਨਹੀਂ ਨਾ ਉਤਰਦਾ, ਫਿਰ ਭੈਣਾਂ ਕੋ ਵੀ ਬਦਲੇ, ਅਤੇ ਸਾਰੇ ਬੋਲੋ ਭਰਾਵਾਂ ਕੋ ਵੀ, ਫਿਰ ਰਿਸ਼ਤੇਦਾਰੀਆਂ ਹੀ ਸਾਡੇ ਵਾਸਤੇ ਅਜ਼ਮਾਇਸ਼ ਹੀ ਬਣ ਜਾਂਦੀਆਂ ਨੇ। ਨਾ ਯਾਰ, ਬੜੇ ਖਤਰਨਾਕ ਹਾਲਾਤ ਨੇ, ਫਿਤਨੇ ਦਾ ਦੌਰ ਦੌਰ ਹੈ। ਅੱਲਾਹ ਪਾਕ ਸਾਨੂੰ ਕੁਰਾਨ ਦਾ ਦੋਸਤ ਬਣਾ ਦੇ, ਕੁਰਾਨ ਨੂੰ ਸਾਡਾ ਦੋਸਤ ਬਣਾ ਦੇ, ਇਨਸ਼ਾਅੱਲਾ ਜ਼ਿੰਦਗੀ ਰਹੀ, ਸਿਹਤ ਰਹੀ, ਆਫੀਅਤ ਰਹੀ। ਅਗਲਾ ਜੁਮਾ 'ਤੇ ਹਾਫਿਜ਼ ਅਬਦੁੱਲਾ ਸ਼ੇਖਪੁਰੀ ਸਾਹਿਬ ਦੇ ਕੋਲ ਸ਼ੇਖਪੁਰ ਹੈ, ਔਰ ਇਨਸ਼ਾਅੱਲਾ 9 ਦਾ ਲਾਹੌਰ ਹੈ, 16 ਦਾ ਇਨਸ਼ਾਅੱਲਾ ਜੀ ਠੀਕ ਹੈ ਇਨਸ਼ਾਅੱਲਾ। ਭਾਈ ਜਾਨ ਨੇ ਆਪਣੇ ਵਾਲਦ ਦਾ ਦੱਸਿਆ, ਬਾਕੀ ਵੀ ਸਭ ਲਈ ਦੁਆ ਕਰੋ, ਅੱਲਾ ਸਭ ਦੀਆਂ ਬਖਸ਼ਾਂ ਫਰਮਾ ਦੇ। 16 ਨੂੰ ਇਨਸ਼ਾਅੱਲਾ ਰੱਬਾਨੀ ਮਸਜਿਦ ਕਮਾਲਾਬਾਦ ਮੁਲਾਕਾਤ ਹੋਏਗੀ। ਅਲਹਮਦੁਲਿਲਾਹ ਵਕਫਾ ਵਸਲਾਤ ਵਸਲਾਮ ਅਲਾ ਮੱਲਾ ਨਬੀ ਅਬਾਦਾ।